ਹਜੂਰ ਸਾਹਿਬ ਦੀ ਸੰਪੂਰਨ ਯਾਤਰਾ ਪੰਜਾਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਦਾ ਸਫ਼ਰ ਸਾਰੇ ਸਥਾਨਾਂ ਦੇ ਦਰਸ਼ਨ ਤੇ ਵਾਪਸੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸਾਰਾ ਦਿਖਾਵਾਂਗੇ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਤਿ ਸ੍ਰੀ ਅਕਾਲ ਜੀ ਸਵੇਰ ਦੇ ਸਮੇਂ ਸੀਗਾ ਤੇ ਆਪਾਂ ਤਕਰੀਬਨ ਬੱਸ ਦੇ ਵਿੱਚ ਗਏ ਸੀ 7 7:30 ਵਜੇ ਧੁੰਦ ਪੈ ਰਹੀ ਸੀ ਉਸ ਦਿਨ ਵੀ ਅੱਜ ਵੀ ਹੁਣ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਐਡਿਟ ਕਰ ਰਹੇ ਆਗੇ ਤੇ ਅੱਜ ਵੀ ਖੈਰ ਖਾਸੀ ਧੁੰਦ ਕਿੱਥੇ ਕਿੱਥੇ ਕਿੰਨੀ ਕਿੰਨੀ ਧੁੰਦ ਪਈ ਦੱਸਿਓ ਇਹ ਆਪਣੀ ਬੱਸ ਸੀ ਜਿਹਦੇ ਵਿੱਚ ਆਪਾਂ ਬਸ ਜਗੇ ਸੀ ਸਭ ਤੋਂ ਪਹਿਲਾਂ ਬੱਸ ਸੰਗਤਾਂ ਨੂੰ ਇਕੱਠੇ ਕਰਦੇ ਕਰਦੇ ਪਹੁੰਚੀ ਸੀ ਜਖੇਪੜ ਜਖੇਪੜ ਜਾ ਕੇ ਆਪਾਂ ਚਾਹ ਪਾਣੀ ਪੀਤਾ ਸੀ ਜਖੇਪੜ ਪੈ ਜਾਂਦਾ ਜੀ ਸਨਾਮ ਦੇ ਕੋਲ ਇੱਥੇ ਪੂਜਿਆ ਵਧਾਣਾ ਸੀ ਤੇ ਨਾਲ ਫਿਰ ਚਾਹ ਦਾ ਪ੍ਰਬੰਧ ਕੀਤਾ ਗਿਆ ਸੀਗਾ ਸਰੇਂਦਰ ਸਿੰਘ ਭੋਲਾ ਜੀ ਜਿਹੜੇ ਕਿ ਸਾਡੀ ਬੱਸ ਦੇ ਕਰਤਾ ਧਰਤਾ ਬੱਸ ਦੇ ਨਿਗਰਾਨ ਸੀ ਜਿਨ੍ਹਾਂ ਦੀ ਨਿਗਰਾਨੀ ਹੇਠ ਸਾਰਾ ਕੁਝ ਹੁੰਦਾ ਸੀ ਹਰ ਸਿਮਰਨ ਨੂੰ ਆਪਾਂ ਰਾਹ ਦੇ ਵਿੱਚੋਂ ਚੱਕਿਆ ਸੀ ਤੇ ਫਿਰ ਇਹ ਤੋਂ ਚਾਹ ਪਾਣੀ ਛੱਕ ਕੇ ਚੱਲ ਪਏ ਸੀ ਜਖੇਪੜ ਤੋਂ ਜਖੇਪੜ ਤੋਂ ਫਿਰ ਸਿੱਧੇ ਜਿਹੜੀ ਇਹ ਸਫ਼ਰ ਸ਼ੁਰੂ ਹੋ ਗਿਆ ਸੀ ਆਪਣਾ ਹਜ਼ੂਰ ਸਾਹਿਬ ਤੱਕ ਦਾ ਤੇ ਸਭ ਤੋਂ ਪਹਿਲਾਂ ਆਪਾਂ ਗਏ ਸੀਗੇ ਜੀ ਗੁਰਦੁਆਰਾ ਤਮਤਾਨ ਸਾਹਿਬ ਤਮਤਾਨ ਸਾਹਿਬ ਕਿਉਂਕਿ ਹਜ਼ੂਰ ਸਾਹਿਬ ਦੀ ਜਿਹੜੀ ਦਰਸ਼ਨੀ ਡਿਊਟੀ ਕਿਹਾ ਜਾਂਦਾ ਪਹਿਲੀ ਡਿਊਟੀ ਕਿਹਾ ਜਾਂਦਾਗਾ ਤਮਤਾਨ ਸਾਹਿਬ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਇਹ ਸਥਾਨ ਆਚਰਨਸ਼ੋਪ ਪ੍ਰਾਪਤ ਹੈ ਧਰਤੀ ਤਮਤਾਨ ਸਾਹਿਬ ਜਿੰਨੀਆਂ ਵੀ ਸੰਗਤਾਂ ਹਜ਼ੂਰ ਸਾਹਿਬ ਜਾਂਦੀਆਂ ਨੇ ਸਭ ਤੋਂ ਪਹਿਲਾਂ ਤਮਤਾਨ ਸਾਹਿਬ ਜਾ ਕੇ ਮੱਥਾ ਟੇਕ ਕੇ ਇਹ ਤੋਂ ਬਾਅਦ ਹੀ ਜਿਹੜੀ ਆਪਣੀ ਯਾਤਰਾ ਉਹ ਸ਼ੁਰੂ ਕਰਦੇ ਨੇ ਤੇ ਇੱਥੇ ਸਾਰੀਆਂ ਬੱਸਾਂ ਜਿੰਨੀਆਂ ਚਾਰ ਬੱਸਾਂ ਸੀ ਉਹ ਇਕੱਠੀਆਂ ਹੋ ਗਈਆਂ ਸੀ ਤੋਂ ਤਾਂ ਸਾਹਿਬ ਤੋਂ ਚੱਲ ਕੇ ਜਿਹੜਾ ਆਪਣਾ ਰਾਤ ਦਾ ਪੜਾ ਸੀਗਾ ਉਹ ਦਿੱਲੀ ਦਿੱਲੀ ਦੀ ਜਿਹੜੀ ਹੈਵੀ ਟ੍ਰੈਫਿਕ ਦੇ ਵਿੱਚੋਂ ਨਿਕਲਦੇ-ਨਿਕਲਦੇ ਲੱਗੇ ਸੀ ਆਪਾਂ ਨੂੰ ਤਕਰੀਬਨ 5 ਘੰਟੇ 5 ਘੰਟਿਆਂ ਤੋਂ ਬਾਅਦ ਜਿਹੜੀ ਦਿੱਲੀ ਦੀ ਟ੍ਰੈਫਿਕ ਪਾਰ ਕਰਕੇ ਆਪਾਂ ਜਿਹੜਾ ਆਪਣੇ ਰਾਤ ਦਾ ਜਿਹੜਾ ਪੜਾ ਸੀਗਾ ਉਹ ਕੀਤਾ ਸੀਗਾ ਜੀ ਗੁਰਦੁਆਰਾ ਸ਼ੀਸ਼ਗੰਦ ਸਾਹਿਬ ਸ਼ੀਸ਼ਗੰਦ ਸਾਹਿਬ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਨਾਲ-ਨਾਲ ਸਥਾਨਾਂ ਦੇ ਵੀ ਤੁਹਾਨੂੰ ਦਰਸ਼ਨ ਕਰ ਰਹੇ ਆ ਉਹ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ Hindu ਧਰਮ ਦੀ ਰਾਖੀ ਵਾਸਤੇ ਸ਼ਾਹਦ ਦਿੱਤੀ ਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੰਪੂਰਨ ਇਤਿਹਾਸ ਆਪਾਂ ਸਾਂਝਾ ਕੀਤਾ ਸੀਗਾ ਜੀ ਇਸ ਸਥਾਨ ਦਾ ਤੇ ਇੱਥੇ ਸੰਗਤਾਂ ਨੇ ਰਾਤ ਦਾ ਜਿਹੜਾ ਪੜਾਗਾ ਉਹ ਹਾਲ ਦੇ ਵਿੱਚ ਦੋ ਹਾਲ ਮਿਲ ਗਈ ਸੀ ਆਪਾਂ ਨੂੰ ਦੋ ਹਾਲ ਦੇ ਵਿੱਚ ਇੱਕ ਰਾਤ ਇੱਥੇ ਆਪਾਂ ਬਤੀਤ ਕੀਤੀ ਰਾਤ ਕੱਟ ਕੇ ਫੇਰ ਸਵੇਰੇ ਜਿਹੜਾ ਆਪਣਾ ਸਫਰ ਹੈਗਾ ਉਹ ਸ਼ੁਰੂ ਕਰ ਦਿੱਤਾ ਸੀ ਇਹ ਗੁਰਦੁਆਰਾ ਸ਼ੀਸ਼ਗੰਦ ਸਾਹਿਬ ਦੇ ਤੁਸੀਂ ਦਰਸ਼ਨ ਦیدارਾ ਕਰ ਰਹੇ ਹੋ ਜੀ ਚਾਂਦਨੀ ਚੌਕ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦਿੱਲੀ ਦੇ ਵਿੱਚ ਸ਼ਿਸ਼ੋਭਿਤਾਗਾ ਅਗਲੀ ਸਵੇਰ ਫੇਰ ਆਪਾਂ ਸਵੇਰੇ 5 ਵਜੇ ਚੱਲ ਕੇ ਸਭ ਤੋਂ ਪਹਿਲਾਂ ਆ ਅਸ਼ੀਸ਼ਗੰਦ ਸਾਹਿਬ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਦਰਸ਼ਨ ਮੇਲਾ ਕੀਤਾ ਗੁਰਦੁਆਰਾ ਬੰਗਲਾ ਸਾਹਿਬ ਉਹ ਥਾਂ ਹੈ ਜਿੱਥੇ 8ਵੇਂ ਪਾਤਸ਼ਾਹ ਨੇ ਆਪਣੇ ਜਿਹੜੇ ਚਰਨ ਪਾਏ ਇੱਥੇ ਰੁਕੇ ਉਸ ਸਮੇਂ ਇੱਥੇ ਇੱਕ ਬੰਗਲਾ ਹੁੰਦਾ ਸੀ ਅੱਜ ਗੁਰਦੁਆਰਾ ਸਾਹਿਬ ਸ਼ਸ਼ੋਭੀ ਦਾ ਗੁਰਦੁਆਰਾ ਸਾਹਿਬ ਦਾ ਦਰਸ਼ਨ ਮੇਲਾ ਕੀਤਾ ਸੀ ਸਵੇਰੇ-ਸਵੇਰੇ ਸੰਗਤਾਂ ਦੇ ਨਾਲ ਚਾਹ ਪਾਣੀ ਦਾ ਲੰਗਰ ਇਥੇ ਆਪਾਂ ਸ਼ਕਿਆ ਸੀ ਦਰਬਾਰ ਸਾਹਿਬ ਦੇ ਹੁਣ ਤੁਸੀਂ ਬਿਲਕੁਲ ਸਾਹਮਣੇ ਦਰਸ਼ਨ ਮੇਲਾ ਕਰ ਰਹੇ ਹੋ ਦਿੱਲੀ ਦੇ ਸਾਰੇ ਸਥਾਨਾਂ ਦਾ ਦਰਸ਼ਨ ਆਪਾਂ ਸਵੇਰੇ ਰਾਤੇ ਰਾਤ ਯਾਨੀ ਕਿ ਸਵੇਰੇ ਕਿਉਂਕਿ ਹੁਣ ਧੁੰਦ ਦੇ ਕਰਕੇ ਠੰਡ ਦੇ ਕਰਕੇ ਦਿਨ ਥੋੜਾ ਜਿਹਾ ਲੇਟ ਚੜ੍ਹਦਾ ਤੇ ਇਸ ਤੋਂ ਬਾਅਦ ਫਿਰ ਆਪਾਂ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚ ਗਏ ਸੀਗੇ ਜੀ ਉਸ ਥਾਨ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਸੀਸ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀਗਾ ਭਾਈ ਲੱਖੀ ਸ਼ਾ ਵੰਜਾਰਾ ਜੀ ਦਾ ਉਸ ਸਮੇਂ ਜਿਹੜਾ ਇਹ ਕਰ ਹੁੰਦਾ ਸੀਗਾ ਜਦੋਂ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸੰਸਕਾਰ ਕਰਨ ਲਈ ਉਹ ਇੱਥੇ ਹੁੰਦੇ ਆ ਤਾਂ ਉਹਨਾਂ ਨੇ ਆਪਣੇ ਜਿਹੜੇ ਘਰ ਨੂੰ ਹੀ ਅਗਨਪੇਟ ਕਰ ਦਿੱਤਾ ਸੀ ਤਾਂ ਕਿ ਮੁਗਲ ਫੌਜਾਂ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕੇ ਤੇ ਇਸ ਤੋਂ ਬਾਅਦ ਫਿਰ ਉਹ ਇੱਥੋਂ ਚਲੇ ਜਾਂਦੇ ਨੇ ਤੇ ਇਸ ਤੋਂ ਬਾਅਦ ਆ ਕੇ ਉਹਨਾਂ ਨੇ ਸਾਬਰ ਦਾ ਜਿਹੜਾ ਉਹ ਆਵਾਦ ਕੀਤਾ ਸੀਗਾ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਮੇਲਾ ਕਰ ਰਹੇ ਆਪਾਂ ਸੰਪੂਰਨ ਜਿਹੜੀਆਂ ਇਹ ਵੀਡੀਓ ਇਸ ਨੇ ਆਪਣੇ ਚੈਨਲ ਤੇ ਆਲਰੇਡੀ ਪੰਗਾ ਨੇ ਇਸ ਤੁਹਾਨੂੰ ਆਪਾਂ ਇੱਕ ਵੀਡੀਓ ਦੇ ਵਿੱਚ ਸਾਰੇ ਸਥਾਨਾਂ ਦਾ ਜਿਹੜਾ ਉਹ ਦਰਸ਼ਨ ਮੇਲਾ ਇਹ ਸਫਰ ਦਾ ਦਰਸ਼ਨ ਮੇਲਾ ਉਹ ਕਰਵਾ ਦਾਂਗੇ ਕਿ ਕਿਵੇਂ ਆਪਾਂ ਸਫਰ ਰਿਹਾ ਇਹ ਸਾਰਾ ਗੱਲ ਬਾਕੀ ਜੇਕਰ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਜਰੂਰ ਕਰ ਲਓ ਜੀ ਵੀਡੀਓ ਨੂੰ ਹੋਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਵੀ ਸੰਪੂਰਨ ਦਰਸ਼ਨ ਦਿਦਾਰਾ ਸਾਰੇ ਗੁਰੂ ਘਰਾਂ ਦਾ ਇਸ ਯਾਤਰਾ ਦਾ ਕਰ ਸਕਣ ਸਾਨੂੰ ਸਾਰੀ ਯਾਤਰਾ ਇਹ ਸੰਪੂਰਨ ਯਾਤਰਾ ਆਪਾਂ ਇੱਕ ਜਿਹੜੀ ਹੁਣ ਟਾਈਮਿੰਗ ਤਾਂ ਨਹੀਂ ਪਤਾ ਕਿੰਨਾ ਟਾਈਮ ਦੀ ਵੀਡੀਓ ਬਣੂਗੀ ਇਹ ਚਲੋ ਅੱਧੇ ਘੰਟੇ ਦੀ ਹੋਊਗੀ ਅਪ੍ਰੋਕਸੀਮੇਟ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਹਜੂਰ ਸਾਹਿਬ ਦੇ ਸਾਰੇ ਸਥਾਨਾਂ ਦਾ ਦਰਸ਼ਨ ਤੇ ਵਾਪਸੀ ਆਪਣੀ ਕਿਵੇਂ ਹੋਈ ਉਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਰਾਹ ਦੇ ਵਿੱਚ ਕਿਉਂਕਿ ਸਫ਼ਰ ਲੰਬਾ ਸੀ ਤੇ ਫਿਰ ਚਾਹ ਪਾਣੀ ਦਾ ਇੰਤਜ਼ਾਮ ਨਾਲ ਹੀ ਕਰਕੇ ਲੈ ਕੇ ਆਏ ਸੀ ਗੈਂਸ ਚੁੱਲ੍ਹੇ ਪੱਠੀਆਂ ਹਨ ਤੇ ਦੇਗਾ ਤੇ ਇਹ ਜਿਹੜਾ ਪੈਕੇਟ ਵਾਲਾ ਦੁੱਧ ਹੁੰਦਾ এবਰੀ ਡੇ ਦਾ ਉਹ ਸਾਰਾ ਕੁਝ ਚੱਕਿਆ ਹੋਇਆ ਸੀ ਚਾਹ ਬਣਾਈ ਤੇ ਨਾਲ ਇੱਥੇ ਆਪਾਂ ਮਠੀ ਤੇ ਲੱਡੂ ਛਕੇ ਸੰਗਤਾ ਦੇ ਨਾਲ ਪੰਗਤਾ ਤੇ ਬਹਿ ਕੇ ਰੋਡ ਦੇ ਕੰਡੇ ਤੇ ਤੇ ਇੱਥੇ ਫਿਰ ਦੋ ਦੋ ਦੱਸਾਂ ਨੇ ਵੰਡ ਕੇ ਡਿਊਟੀ ਲਾ ਕੇ ਆਪਦੀ ਜ਼ਰਾਸਣ ਪਾਣੀ ਸਾਂਝਾ ਕਰਕੇ ਚਾਹ ਬਣਾਈ ਤੇ ਇਧਰ ਇਹ ਮਠੀਆਂ ਵੰਡੀਆਂ ਤੇ ਜਿਹੜਾ ਫਿਰ ਅੱਗੇ ਆਪਾਂ ਦਰਸ਼ਨ ਮਿਲਿਆ ਕੀਤਾ ਜੀ ਫਿਰ ਪਹੁੰਚ ਗਏ ਸੀ ਆਪਾਂ ਆਗਰੇ ਆਗਰੇ ਗੁਰੂ ਕਾ ਤਾਲ ਗੁਰਦੁਆਰਾ ਸਾਹਿਬ ਸशोਭਿਤਾ ਗੁਰਦੁਦਾਰਾ ਮਨਜੀ ਸਾਹਿਬੀ ਸशोਭਿਤਾ ਹੈ ਉਹਨਾਂ ਦੇ ਪਾਸਾ ਦਾ ਸਥਾਨ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਵੱਲ ਆਉਂਦੇ ਨੇ ਸ਼ਹਾਦਤ ਦੇ ਲਈ ਤਾਂ ਫਿਰ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਆਪਣੀ ਗ੍ਰਿਫਤਾਰੀ ਖੁਦ ਦਿੱਤੀ ਸੀ ਕਿਵੇਂ ਦਿੱਤੀ ਸੀ ਉਹ ਕਿਉਂਕਿ ਲੰਬਾ ਇਤਿਹਾਸ ਹੈ ਉਹਦੇ ਲਈ ਤੁਹਾਨੂੰ ਆਪਣੀ ਜਿਹੜੀ ਪੂਰੀ ਵੀਡੀਓ ਹੈ ਉਹ ਦੇਖਣੀ ਪੈਣੀ ਹੈਗੀ ਤੇ ਇਸੇ ਸਥਾਨ ਦੇ ਉੱਪਰ ਫਿਰ ਉਹਨਾਂ ਨੂੰ ਨਜ਼ਰਬੰਦ ਵੀ ਰੱਖਿਆ ਗਿਆ ਤੇ ਇੱਥੋਂ ਫਿਰ ਆਪਾਂ ਚੱਲ ਪਚਾਲੇ ਪਾ ਦਿੱਤੇ ਸੀ ਤੇ ਸਫ਼ਰ ਚੱਲਦਾ ਚੱਲਦਾ ਰਾਤ ਨੂੰ ਆਪਾਂ ਪਹੁੰਚ ਗਏ ਸੀਗੇ ਜੀ ਗਵਾਲੀਅਰ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਗਵਾਲੀਅਰ ਇਹ ਉਹ ਸਥਾਨ ਜਿੱਥੇ ਛੇਵੇਂ ਪਾਤਸ਼ਾਹ ਨੂੰ ਰੱਖਿਆ ਗਿਆ ਸੀਗਾ 2 ਸਾਲ 8 ਮਹੀਨੇ ਤੇ ਇਸ ਤੋਂ ਬਾਅਦ ਫਿਰ ਪਾਤਸ਼ਾਹ ਜੀ ਆਪਣੇ ਨਾਲ ਕਿਵੇਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਜਾਂਦੀਆਂ ਤੇ ਇਸ ਸਥਾਨ ਨੂੰ ਬਣਾਉਣ ਦੇ ਪਿੱਛੇ ਕਿੰਨੀ ਜਦੋਜਹਦ ਰਹੀ ਕਿਵੇਂ ਇਹਨੂੰ ਇਲੀਗਲ ਤਰੀਕੇ ਨਾਲ ਹੀ ਬਣਾਇਆ ਗਿਆ ਭਾਰਤੀ ਜਿਹੜਾ ਕਨਸਟੀਟਿਊਸ਼ਨ ਆ ਉਹ ਜ ਆਜ਼ਾਦਤ ਨਹੀਂ ਸੀ ਦੇ ਰਿਆ ਸੰਮਣ ਵੀ ਆਏ ਕੋਰਟ ਨਾਲ ਵੀ ਉਹ ਹੀ ਲੜਕੇ ਇਸ ਚੱਲਿਆ ਫਿਰ ਇਸ ਥਾਂ ਜਾ ਕੇ ਇੱਥੇ ਅਜਗ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਾਂ ਦਰਸ਼ਨ ਮੇਲਾ ਕਰ ਰਹੇ ਹਾਂ ਬਹੁਤ ਹੀ ਲੰਬਾ ਸੰਘਰਸ਼ ਰਿਹਾ ਇਸ ਥਾਂ ਨੂੰ ਬਣਾਉਣ ਦੇ ਵਿੱਚੇ ਵੀ ਉਹਦੀ ਅਲੱਗ ਤੋਂ ਵੀਡੀਓ ਆਪਣੀ ਪਈ ਹੈਗੀ ਚੈਨਲ ਤੇ ਜਾ ਕੇ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਦੇ ਤੁਸੀਂ ਦਰਸ਼ਨ ਦਦਾਰਾ ਕਰ ਰਹੇ ਹੋ ਰਾਤ ਨੂੰ ਆਪਾਂ ਇੱਥੇ ਪਹੁੰਚੇ ਸੀ ਸਰਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਤੇ ਆ ਹਾਲਾਂ ਦੇ ਵਿੱਚ ਜਿੰਨੀ ਸੰਗਤ ਹਨਾ ਪੈ ਸਕੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਮਰੇ ਦੇ ਤੇ ਵੀ ਸੰਗਤ ਸਾਰੀ ਸੰਗਤ ਨੂੰ ਵਧੀਆ ਕੰਫਰਟੇਬਲੀ ਇੱਥੇ ਰਾਤ ਕਟਾਈ ਵਧੀਆ ਆਪਾਂ ਸੁੱਤੇ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲ ਗਏ ਸੀਗੇ ਅੱਗੇ ਚੱਲ ਕੇ ਆਪਾਂ ਗੁਰਦੁਆਰਾ ਬਾਲਾ ਜੀ ਸੰਧੂ ਹੈਗਾ ਰੋਡ ਦੇ ਉੱਪਰ ਹੀ ਹੈਗਾ ਤੇ ਲੋਕੇਸ਼ਨ ਹੈਗੀ ਤੇ ਇੱਥੇ ਫਿਰ ਅੱਗੇ ਆਪਣਾ ਕਿਉਂਕਿ ਸਵੇਰੇ ਆਪਾਂ ਗੁਰਦੁਆਰਾ ਦਾਤਾ ਮੰਦੀ ਛੋਟ ਸਾਹਿਬ ਤੋਂ ਬਹੁਤ ਸਾਰੇ ਚੱਲੇ ਸੀ ਉਹਦੇ ਕਰਕੇ ਫਿਰ ਦੁਪਹਿਰ ਦੇ ਆਪਾਂ ਨੂੰ 10:00 ਵਜੇ ਜਿਹੜਾ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਉਹ ਇੱਥੇ ਕੀਤਾ ਹੋਇਆ ਸੀਗਾ ਗੁਰਦੁਆਰਾ ਭਾਈ ਬਾਲਾ ਜੀ ਸੰਧੂ ਇਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਮੇਲਾ ਕੀਤਾ ਸੰਗਤਾਂ ਨੇ ਇੱਥੇ ਖੁਦ ਹੀ ਪ੍ਰਸ਼ਾਦਾ ਬਣਾਇਆ ਕਿਉਂਕਿ ਸਿੱਖ ਸੰਗਤ ਜੀ ਇੱਥੇ ਘੱਟ ਹੁੰਦੀ ਹੈ ਨਾ ਫਿਰ ਓਨੇ ਛੋਟੇ ਥਾਵਾਂ ਦੇ ਉੱਪਰ ਓਨੇ ਪ੍ਰਸ਼ਾਦੇ ਦੀ ਵਿਵਸਥਾ ਨਹੀਂ ਹੁੰਦੀ ਤੇ ਚਲੋ ਲੈ ਕੇ ਸਾਰਾ ਸਮਾਨ ਤੋਰੇ ਸੀ ਫਿਰ ਸੰਗਤਾਂ ਨੇ ਇੱਥੇ ਖੁਦ ਪ੍ਰਸ਼ਾਦਾ ਬਣਾ ਕੇ ਸ਼ਕਾਇਤ ਰਾਹ ਦੇ ਵਿੱਚ ਜਦੋਂ ਫਿਰ ਹਰ ਰੋਜ਼ ਇੱਕ ਹੁੰਦਾ ਸੀ ਕਿ ਫਰੂਟ ਜਾਂ ਫਿਰ ਕੁਝ ਖਾਣ ਪੀਣ ਨੂੰ ਹੁੰਦਾ ਸੀਗਾ ਤੇ ਇੱਥੇ ਫਰੂਟਾਂ ਦੇ ਸੌਦੇ ਮਾਰ ਕੇ ਅਗਲੀ ਰਾਤ ਆਪਾਂ ਜਾ ਕੇ ਕੱਟੀ ਜੀ ਇੰਦੌਰ ਇੰਦੌਰ ਸ਼ਹਿਰ ਦੇ ਵਿੱਚ ਆਪਾਂ ਸ਼ਾਮ ਜੀ ਨੂੰ ਪਹੁੰਚ ਗਏ ਸੀਗੇ ਟਾਈਮ ਲੈਂਦੇ ਪਹੁੰਚ ਗਏ ਸੀ 6-7 ਵਜੇ ਤੇ ਫਿਰ ਜਿਹੜੀ ਇਹ ਸ਼ਾਮ ਆ ਗਈ ਰਾਤ ਆ ਗਈ ਉਹ ਇੰਦੌਰ ਕੱਟਨੀ ਸੀ ਇੰਦੌਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਸ਼ੋਭੀਤਾਗਾ ਬਹੁਤ ਹੀ ਜਿਆਦਾ ਸੋਹਣਾ ਸ਼ਹਿਰ ਸ਼ਹਿਰ ਦਾ ਅੱਗੇ ਚੱਲ ਕੇ ਵੀ ਦਿਖਾਉਂਗਾ ਇਸ ਨੂੰ ਵੀਡੀਓ ਦੇ ਐਂਡ ਦੇ ਵਿੱਚ ਕਿਉਂਕਿ ਵਾਪਸੀ ਟਾਈਮ ਵੀ ਆਪਾਂ ਇੱਥੇ ਹੀ ਰੁੱਕ ਕੇ ਆਏ ਆਂਗੇ ਤੇ ਇਹ ਇੰਦੌਰ ਸ਼ਹਿਰ ਦਾ ਤੁਸੀਂ ਇੱਕ ਝਾਕਾ ਦੇਖ ਰਹੇ ਹੋ ਇੱਥੇ ਆਪਾਂ ਇੱਕ ਰਾਤ ਕੱਟ ਕੇ ਫਿਰ ਅਗਲੀ ਸਵੇਰੇ ਸਾਜਰੇ ਸਾਜਰੇ ਇਥੋਂ ਚੱਲ ਵੜਨਾ ਕਿਉਂਕਿ ਇਹ 11 ਦਿਨਾਂ ਵਾਲਾ ਜਿਹੜਾ ਸਫ਼ਰ ਹੁੰਦਾ ਇਹਦੇ ਵਿੱਚ ਨਾ ਡਿਸਟੈਂਸ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਫਿਰ ਬਾਟ ਬਹੁਤ ਜ਼ਿਆਦਾ ਨਿਮੇੜਦੇ ਹੈਗੇ 22 ਦਿਨਾਂ ਵਾਲੇ ਸਫ਼ਰ ਦੇ ਵਿੱਚ ਇਹ ਹੁੰਦਾ ਕਿ ਤਾਂ ਆਰਾਮ ਨਾਲ ਚੱਲਦੇ ਤੇ ਇਸ ਤੋਂ ਬਾਅਦ ਚੱਲ ਕੇ ਆਪਾਂ ਪਹੁੰਚ ਗਏ ਸੀ ਜੀ ਬਹੁਹਰਾਨਪੁਰ ਬੁਰਹਾਨਪੁਰ ਬਹੁਹਰਾਨਪੁਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਵੀ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਦਾ ਅਲੱਗ ਤੋਂ ਸਥਾਨ ਬਣਿਆ ਹੋਇਆ ਪਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਦਰਸ਼ਨ ਮੇਲਾ ਕਰਕੇ ਇਹ ਤੋਂ ਬਾਅਦ ਆਪਾਂ ਪਹੁੰਚ ਨਾਮਦੇਵ ਨਰਸੀ ਤੇ ਇੱਥੇ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਿਹੜੀ ਰਾਤ ਕੱਟੀ ਤੇ ਸਵੇਰੇ ਉੱਠਦੇ ਸਾਰ ਹੀ ਆਪਾਂ ਦਰਸ਼ਨ ਕੀਤੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਉਹਨਾਂ ਦੇ ਘਰ ਦੇ ਉਹ ਜੀ ਅਧਿਕਾਰ ਤੇ ਦਰਸ਼ਨ ਮੇਲਾ ਹੁਣ ਤੁਸੀਂ ਬਿਲਕੁਲ ਸਾਹਮਣੇ ਘਰ ਆ ਜੀ ਸ਼ਰਮਣੀ ਭਗਤ ਨਾਮਦੇਵ ਜੀ ਦਾ ਤੇ ਸੰਗਤਾਂ ਨੇ ਦਰਸ਼ਨ ਦਦਾਰਾ ਕੀਤਾ ਇੱਕ ਪਾਸੇ ਦੀ ਔਨ ਨੂੰ ਰਾਏ ਦੇ ਹਨ ਇਧਰ ਦੀ ਬਾਹਰ ਜਾਣ ਨੂੰ ਰਾ ਉੱਪਰ ਨਵਾਂ ਦਰਬਾਰ ਸਾਹਿਬ ਤਾਂ ਬਣਵਾ ਦਿੱਤਾ ਗਿਆਗਾ ਪਰ ਜਿਹੜਾ ਪ੍ਰਾਤਨ ਸਥਾਨ ਹੈਗਾ ਉਹਦੀ ਉਵੇਂ ਹੀ ਸੰਭਾਲ ਕੀਤੀ ਗਈ ਆ ਉਹਦੇ ਨਾਲ ਕੋਈ ਵੀ ਛੇੜਖਾਨੀ ਨਹੀਂ ਕੀਤੀ ਗਈ ਸੰਗਤਾਂ ਆਉਂਦੀਆਂ ਨੇ ਦਰਸ਼ਨ ਮੇਲਾ ਕਰਕੇ ਜਾਂਦਗਾਂ ਨੇ ਤੇ ਇਹ ਦਰਸ਼ਨ ਮੇਲਾ ਕਰ ਰਹੇ ਤੁਸੀਂ ਭਗਤ ਨਾਮਦੇਵ ਜੀ ਦੇ ਘਰ ਦਾ ਭਗਤ ਨਾਮਦੇਵ ਜੀ ਦੇ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਪਹੁੰਚ ਗਏ ਸੀਗੇ ਜੀ ਉਸ ਮੰਦਿਰ ਦੇ ਵਿੱਚ ਜਿਹੜਾ ਮੰਦਿਰ ਭਗਤ ਨਾਮਦੇਵ ਜੀ ਨੇ ਨਾਮ ਜਪਨ ਦੇ ਨਾਲ ਕਮਾ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਇੱਥੇ ਮੰਦਰ ਦੇ ਵਿੱਚ ਬੈਠ ਕੇ ਭਗਤੀ ਨਹੀਂ ਸੀ ਕਰਨ ਦਿੱਤੀ ਗਈ ਉਹਨਾਂ ਨੂੰ ਉਠਾ ਦਿੱਤਾ ਗਿਆ ਸੀ ਕਿਉਂਕਿ ਜਾਤ ਪਾਤ ਦਾ ਜਿਵੇਂ ਆਪਾਂ ਨੂੰ ਪਤਾ ਹੈ ਹੈਨਾ ਬਹੁਤ ਜ਼ਿਆਦਾ ਚੱਲਦਾ ਹੈਗਾ ਤੇ ਇਹ ਤੋਂ ਬਾਅਦ ਫਿਰ ਉਹ ਇੱਕ ਜਗ੍ਹਾ ਬੈਂਦੇ ਦੂਜੀ ਜਗ੍ਹਾ ਛਿਪਦੇਵਾਲ ਬੈਂਦੇ ਹੈਗੇ ਤੇ ਉੱਥੇ ਜਾ ਕੇ ਵਿੱਠਲ ਭਗਵਾਨ ਦੀ ਪੂਜਾ ਕਰਦੇ ਆ ਤੇ ਇਹ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਮੰਦਰ ਦਾ ਮੂੰਹ ਆ ਉਹ ਚੜਦੇ ਤੋਂ ਛਿਪਦੇਵਾਲਾ ਆਪਦੇ ਆਪ ਘੁੰਮ ਗਿਆ ਸੀ ਪੂਰੀ ਦੁਨੀਆ ਦੇ ਵਿੱਚ ਇਹ ਅ ਖੌਰੇ 10 ਕੋਰੇ 11 ਮੈਂ ਉਹਦੇ ਵਿੱਚ ਥੋੜਾ ਜਿਹਾ ਹੈਗਾ ਤੇ ਉਹ ਜਿਹੜੇ ਮੰਦਰ ਆਗੇ ਉਹਨਾਂ ਸਾਕੀ ਸਾਰਾਂ ਦਾ ਜਿਹੜਾ ਮੂੰਹ ਉਹ ਚੜਦੇ ਵਾਲਾ ਕੇਵਲ ਇਹ ਦਾ ਛਿਪਦੇ ਵਾਲਾ ਇਹ ਉਹਨਾਂ ਦੀ ਚੱਕੀ ਹੈ ਜੀ ਚੱਕੀ ਵੀ ਲੋਕ ਇੱਥੇ ਆਉਂਦੇ ਤੇ ਘੁਮਾ ਕੇ ਜਾਂਦੇ ਹੈਗੇ ਤੇ ਇਹ ਤੋਂ ਬਾਅਦ ਫਿਰ ਆਪਾਂ ਪਹੁੰਚ ਗਏ ਸੀਗੇ ਹਜੂਰ ਸਾਹਿਬ ਕਿਉਂਕਿ ਉੱਥੋਂ 100 ਕਿਲੋਮੀਟਰ ਦੀ ਦੂਰੀ ਆ ਬਸ ਹਜੂਰ ਸਾਹਿਬ ਪਹੁੰਚਦੇ ਸਾਰ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਮਿਲਿਆ ਕੀਤਾ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਮਾਲ ਟੇਕੜੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਜ਼ਾਨਾ ਕਢਵਾਇਆ ਸੀਗਾ ਇਹ ਖਜ਼ਾਨਾ ਫਿਰ ਆਪਾਂ ਦਰਸ਼ਨ ਦਿਦਾਰਾਂ ਲਈ ਪਹੁੰਚ ਗਏ ਸੀ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਹੀਰਾ ਘਾਟ ਸਾਹਿਬ ਉਹ ਸਥਾਨ ਜਿੱਥੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀਰਾ ਭੇਟ ਕੀਤਾ ਗੁਰੂ ਸਾਹਿਬ ਜੀ ਨੇ ਉਹਦੀ ਜਿਹੜੀ ਭੇਟਾ ਗਈ ਉਹ ਪ੍ਰਵਾਨ ਨਹੀਂ ਕੀਤੀ ਤੇ ਜਿਹੜਾ ਉਹ ਉਹਦਾ ਹੀਰਾ ਭੇਟ ਕੀਤਾ ਹੋਇਆ ਸੀ ਉਹਨੂੰ ਗਦਾਬਰੀ ਦੇ ਵਿੱਚ ਸਿੱਟ ਦਿੱਤਾ ਸੀਗਾ ਕਿਉਂ ਹੀਰਾ ਸਿੱਟਿਆ ਸੀ ਉਹਦੇ ਲਈ ਸੰਪੂਰਨ ਵੀਡੀਓ ਆਪਣੀ ਹਨਾ ਪਈਆ YouTube ਤੇ ਜਾ ਕੇ ਤੁਸੀਂ ਦਰਸ਼ਨ ਮੇਲਾ ਕਰ ਸਕਦੇ ਹੋ ਹਜੂਰ ਸਾਹਿਬ ਲੋਕਲ ਗੁਰਦੁਆਰਾ ਸਾਹਿਬ ਦੇ ਨਾਮ ਦੇ ਨਾਲ ਉਹ ਵੀਡੀਓ ਕਿਉਂਕਿ ਲੋਕਲ ਦੇ ਵਿੱਚ ਇੱਥੇ ਜਿੰਨੇ ਵੀ ਇਹ ਸਥਾਨ ਨੇ ਨਾ ਇਹ ਨੰਦੇੜ ਦੇ ਵਿੱਚ ਸਾਰੇ ਲੋਕਲ ਗੁਰਦੁਆਰਾ ਸਾਹਿਬ ਕਹਿੰਦੇ ਇਹਨਾਂ ਨੂੰ ਉਸ ਉਹ ਦੇ ਕਰਕੇ ਵੀਡੀਓ ਦਾ ਨਾਮ ਆਪਾਂ ਹਜੂਰ ਸਾਹਿਬ ਲੋਕਲ ਗੁਰਦੁਆਰਾ ਸਾਹਿਬ ਰੱਖਿਆ ਇਹਦੇ ਵਿੱਚ ਸਾਰੇ ਹੀ ਇਹ ਹਜੂਰ ਸਾਹਿਬ ਦੇ ਜਿੰਨੇ ਸਥਾਨ ਨੇ ਉਹਨਾਂ ਸਥਾਨਾਂ ਦਾ ਆਪਾਂ ਤੁਹਾਨੂੰ ਸੰਪੂਰਨ ਦਰਸ਼ਨ ਮਿਲਾ ਤੇ ਨਾਲ ਸਾਰਾ ਸੰਪੂਰਨ ਇਤਿਹਾਸ ਉਸ ਵੀਡੀਓ ਦੇ ਵਿੱਚ ਆਪਾਂ ਅਲੱਗ ਤੋਂ ਸਾਂਝਾ ਕੀਤਾ ਹੋਇਆ ਚੈਨਲ ਤੇ ਜਾ ਕੇ ਦੇਖਣ ਦੀ ਕਿਰਪਾਲਤਾ ਜ਼ਰੂਰ ਕਰਨਾ ਜੇਕਰ ਹਜੇ ਤੱਕ ਉਹ ਤੁਸੀਂ ਵੀਡੀਓ ਨਹੀਂ ਦੇਖੀ ਤੇ ਕਮੈਂਟ ਬਾਕਸ ਦੇ ਵਿੱਚ ਨਾ ਜੁੜੇ ਰਿਹਾ ਕਰੋ ਸਾਂਝ ਪਾਉਂਦੇ ਰਿਹਾ ਕਰੋ ਗੱਲਾਂ ਬਾਤਾਂ ਦੀ ਜੇਕਰ ਕੋਈ ਹੋਰ ਥਾਂ ਦੇਖਣੇ ਹੁੰਦੇ ਆ ਤਾਂ ਉਹ ਵੀ ਦੱਸ ਦਿਆ ਕਰੋ ਕਿ ਇਹ ਸਥਾਨ ਦਾ ਦਰਸ਼ਨ ਮੇਲਾ ਜ਼ਰੂਰ ਕਰਵਾਉਣਾ ਜੀ ਤੇ ਗੁਰਦੁਆਰਾ ਹੀਰਾ ਘਾਟ ਸਾਹਿਬ ਦਰਵਾਰ ਸਾਹਿਬ ਦੇ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ ਬਹਾਦਰ ਸ਼ਾ ਹੀਰਾ ਲੈ ਕੇ ਆਇਆ ਸੀ ਬਹਾਦਰ ਸ਼ਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਦਾ ਤਖਤ ਦਿਵਾਇਆ ਸੀ ਦਿੱਲੀ ਜਿੱਥੇ ਆ ਕੇ ਐਸੀ ਦਿੱਲੀ ਦੇ ਤਖਤ ਤੇ ਬਿਠਾ ਕੇ ਆਏ ਸੀ ਤੇ ਕੁਝਕ ਗੁਰੂ ਸਾਹਿਬ ਜੀ ਨੇ ਜਿਤੋਂ ਤੋਂ ਪਹਿਲਾਂ ਕਿਹਾ ਸੀ ਕਿ ਤੈਨੂੰ ਸਾਡੀ ਇੱਕ ਸ਼ਰਤ ਮੰਨਣੀ ਪਊਗੀ ਪਰ ਉਹ ਸ਼ਰਤ ਤੋਂ ਉਹ ਮੁੱਕਰ ਗਿਆ ਸੀਗਾ ਤੇ ਇਹ ਦੇਖ ਰਹੇ ਹੋ ਜੀ ਤੁਸੀਂ ਗੋਦਾਬਰੀ ਨਦੀ ਦਾ ਕੰਢਾ ਤੇ ਸਾਰੇ ਸਥਾਨ ਆ ਜਿਹੜੇ ਉਹ ਗੋਦਾਬਰੀ ਨਦੀ ਦੇ ਕੰਢੇ ਤੇ ਹੀ ਬਣੇ ਹੋਏ ਆ ਹੁਣ ਤੁਸੀਂ ਗੁਰਦੁਆਰਾ ਹੀਰਾ ਘਾਟ ਸਾਹਿਬ ਦੇ ਦਰਸ਼ਨ ਕੀਤੇ ਹੀਰਾ ਘਾਟ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਜੀ ਮਾਤਾ ਸਾਹਿਬ ਦੇਵਾ ਜੀ ਦੇ ਤਪ ਸਥਾਨ ਦੇ ਉੱਪਰ ਇਸ ਸਥਾਨ ਦੇ ਉੱਪਰ ਆਪਾਂ ਪ੍ਰਸ਼ਾਦਾ ਪਾਣੀ ਸ਼ਕਿਆ ਜਾਕੀ ਕਿਉਂਕਿ ਜਿਹੜੇ ਬਾਕੀ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਵਿੱਚ ਲੰਗਰ ਦੀ ਵਿਵਸਥਾ ਨਹੀਂ ਸੀ ਇੱਥੇ ਆ ਕੇ ਫਿਰ ਲੰਗਰ ਦੀ ਵਿਵਸਥਾ ਸੀ ਸੰਗਤ ਨੇ ਲੰਗਰ ਪਾਣੀ ਉਹ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਸ਼ਕਿਆ ਤੇ ਗੁਰਦੁਆਰਾ ਮਾਤਾ ਸਾਹਿਬਦੇਵਾ ਜੀ ਤਪਸਥਾਨ ਤੇ ਇੱਥੇ ਹੀ ਇੱਕ ਚੱਕੀ ਵੀ ਪਈ ਹੈਗੀ ਉਸ ਚੱਕੀ ਦੇ ਰਾਹੀਂ ਹੀ ਅਨਾਜ ਪੀਸਦੇ ਸਨ ਮਾਤਾ ਜੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵੀ ਇਸ ਸਥਾਨ ਦੇ ਉੱਪਰ ਆਉਂਦੇ ਸਨ ਤੇ ਆ ਕੇ ਪ੍ਰਸ਼ਾਦਾ ਪਾਣੀ શકਦੇ ਸਨ ਆਰਾਮ ਕਰਦੇ ਸਨ ਇਹ ਸਾਹਮਣੇ ਤਸਵੀਰ ਵੀ ਲੱਗੀ ਹੋਈ ਆ ਗੁਰੂ ਗੋਬਿੰਦ ਸਿੰਘ ਜੀ ਪ੍ਰਸ਼ਾਦਾ ਸਕਦੇ ਤੇ ਇਹ ਸਥਾਨ ਸੀਗਾ ਜੀ ਮਾਤਾ ਸਾਹਿਬਦੇਵਾ ਜੀ ਦਾ ਤਪਸਥਾਨ ਤੇ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਜੀ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਦੇ ਦਰਸ਼ਨ ਮੇਲਾ ਕੀਤਾ ਸੀ ਸੰਗਤਾਂ ਦੇ ਨਾਲ ਹੀ ਤੇ ਗੁਰਦੁਆਰਾ ਸ਼ਿਕਾਰਖਾਟ ਸਾਹਿਬ ਉਸ ਥਾਂ ਜਿੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਮੂਲੇ ਖਤਰੀ ਦਾ ਉਧਾਰ ਕੀਤਾ ਸੀ ਮੂਲਾ ਖਤਰੀ ਜਿਹੜਾ 84 ਲੱਖ ਜੂਨ ਚ ਪੈ ਗਿਆ ਸੀਗਾ ਪੜਕ ਰਿਆ ਸੀ ਗੁਰਨਾਨਕ ਦੇਵ ਜੀ ਪਾਤਸ਼ਾਹ ਵੇਲੇ ਦਾ ਹੀ ਉਹ ਕੀ ਇਤਿਹਾਸ ਸੀ ਸੰਪੂਰਨ ਇਤਿਹਾਸ ਨਾਲ ਕਿਵੇਂ ਜੁੜਿਆ ਹੈ ਉਹਦੇ ਲਈ ਤਾਂ ਤੁਹਾਨੂੰ ਫਿਰ ਉਹੀ ਪੂਰੀ ਵੀਡੀਓ ਜਾ ਕੇ ਦੇਖਣੀ ਪੈਣੀ ਹੈਗੀ ਤੇ ਇਸ ਜਗ੍ਹਾ ਦੇ ਉੱਪਰ ਫਿਰ ਜਦੋਂ ਸ਼ਿਕਾਰ ਕੀਤਾ ਤਾਂ ਮਾਤਾ ਜੀ ਨੇ ਕਿਹਾ ਕਿ ਤੁਸੀਂ ਤਾਂ ਇੱਕ ਸਹੇਦ ਸਕਾਰ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਿ ਸੀ ਕਿ ਇਹ ਮੂਲਾ ਖਤਰੀ ਸੀ ਜਿਹੜਾ ਕਿ ਜੂਨੀ ਪਿਆ ਹੋਇਆ ਸੀਗਾ 84 ਲੱਖ ਜੁਨਾ ਨੂੰ ਭੜਕਦਾ ਹੋਇਆ ਇੱਥੇ ਪਹੁੰਚਿਆ ਸੀ ਤੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਉਹਦਾ ਸ਼ਿਕਾਰ ਕਰਨ ਦੇ ਨਾਲ ਹੀ ਹੁਦਾਰ ਕੀਤਾ ਤੇ ਮੂਲੇ ਕਤਰੀ ਨੂੰ ਉਹ 84 ਲੱਖ ਜੁਨਾ ਤੋਂ ਜਿਹੜਾ ਮੁਕਤ ਕੀਤਾ ਨਹੀਂ ਤਾਂ ਉਹਨੇ ਇਦਾਂ ਹੀ ਭੜਕਦਾ ਰਹਿ ਜਾਣਾ ਸੀ ਗੁਰਦੁਆਰਾ ਸਾਹਿਬ ਸੋਭਿਤਾ ਸੁੰਦਰ ਸਥਾਨ ਸਰੋਵਰ ਸੋਭਿਤਾ ਜਿੱਥੇ ਆ ਕੇ ਸੰਗਤਾਂ ਇਸ਼ਨਾਨ ਕਰਕੇ ਕਹਿੰਦੀਆਂ ਨੇ ਕਿ ਜਿਹੜੇ ਉਹਨਾਂ ਦੇ ਪਾਪ ਆ ਜਾਂ ਫਿਰ ਆਪਦੀ ਗਲਤੀਆਂ ਦਾ ਪਛਤਾਤਾਪ ਉਹ ਮੰਨ ਕੇ ਜਾਂਦੇ ਨੇ ਤੇ ਦਰਸ਼ਨ ਦਿਦਾਰਾ ਕਰਦੇ ਜਾਂਦੇ ਨੇ ਇਸ ਤੋਂ ਬਾਅਦ ਇਹ ਸੁੰਦਰ ਸਥਾਨ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਰਤਨਗੜ੍ਹ ਸਾਹਿਬ ਰਤਨਗੜ੍ਹ ਸਾਹਿਬ ਰਤਨ ਨਾਮ ਦਾ ਇੱਕ ਵਿਅਕਤੀ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜੋਤ ਜੋਤ ਸਮਾਉਣ ਤੋਂ ਬਾਅਦ ਦਰਸ਼ਨ ਦਿਦਾਰਾ ਕੀਤਾ ਸੀ ਉਹਨਾਂ ਦਾ ਭਗਤ ਸੀ ਤਪੱਸਿਆ ਕਰਦਾ ਰਹਿੰਦਾ ਸੀ ਰਤਨਦਾਸ ਜੀ ਨਾਮ ਦੱਸਿਆ ਜਾਂਦਾ ਉਹਨਾਂ ਦਾ ਤੇ ਇੱਥੇ ਗੁਰਦੁਆਰਾ ਸਾਹਿਬ ਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਬਹੁਤ ਹੀ ਜਿਆਦਾ ਸੁੰਦਰ ਜਿਹੜੀ ਦਰਬਾਰ ਸਾਹਿਬ ਆ ਉਹ ਬਣ ਕੇ ਆਊ ਬਣ ਕੇ ਤਿਆਰ ਹੋਊਗਾ ਸੁੰਦਰ ਇਮਾਰਤ ਦਰਬਾਰ ਸਾਹਿਬ ਦੀ ਦਰਸ਼ਨ ਮੇਲਾ ਕਰਨ ਤੋਂ ਬਾਅਦ ਹੀ ਆਪਾਂ ਕੋਲੇ ਵਾਂਗੂ ਇੱਕ ਹਨਾ ਬਲੇਖਾ ਪਾਉਂਦਾ ਇਹ ਸਥਾਨ ਤੇ ਇਹ ਤੋਂ ਬਾਅਦ ਪਹੁੰਚੇ ਸੀ ਜੀ ਆਪਾਂ ਗੁਰਦੁਆਰਾ ਚੰਦਨ ਸਾਹਿਬ ਇੱਥੇ ਪਿੰਗ ਝੂੜਦੇ ਆਗੇ ਜੀ ਇਹ ਇਹਦੇ ਨਾਲ ਹੀ ਇੱਕ ਇੱਥੇ ਸਥਾਨ ਬਣਿਆ ਹੋਇਆ ਜਿੱਥੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਖੜਾਵਾਂ ਨੇ ਉਹਨਾਂ ਬਾਰੇ ਆਪਾਂ ਪੁਸ਼ਟੀ ਨਹੀਂ ਕਰਦੇ ਉਹਦੇ ਥੱਲੇ ਬਣਿਆ ਹੋਇਆ ਕਿ ਲਿਖ ਕੇ ਜਾਂਦੇ ਨੇ ਲੋਕ ਆ ਕੇ ਮਾਰਕਰ ਨਾਲ ਚਿੱਟਾ ਰੰਗ ਕੀਤਾ ਹੋਇਆ ਹੈਗਾ ਤੇ ਆਪਦੀਆਂ ਬਿਸ਼ੇਸ ਹਨਾ ਆਪਦੀਆਂ ਜੋ ਵੀ ਦੁੱਖ ਸੁੱਖ ਹੁੰਦਾ ਉਹ ਸਾਰੇ ਲਿਖ ਕੇ ਜਾਂਦੇ ਆ ਕੋਈ ਕਹਿੰਦਾ ਮੇਰਾ ਵੀਜ਼ਾ ਲਗਵਾ ਦਿਓ ਕੋਈ ਪਰਿਵਾਰ ਦੀ ਤੰਦਰੁਸਤੀ ਮੰਗਦਾ ਕੋਈ ਨਗਰ ਖੇੜੇ ਦੀ ਤੰਦਰੁਸਤੀ ਮੰਗਦਾ ਹਰੇਕ ਦੀਆਂ ਅਲੱਗ-ਅਲੱਗ ਮੰਗਾਂ ਉਹ ਆਪਦੇ ਦਿਲ ਦੀਆਂ ਗੱਲਾਂ ਅਰਦਾਸਾਂ ਦੇ ਵਿੱਚ ਦੱਸ ਦੇਣੇ ਤੇ ਨਾਲ ਹੀ ਇੱਥੇ ਲਿਖ ਕੇ ਜਾਂਦੇ ਨੇ ਕਈਆਂ ਨੇ ਲਿਖਿਆ ਹੋਇਆ ਸੀ ਪਹਿਲਾਂ ਥੱਲੇ ਲਿਖਿਆ ਹੋਇਆ ਸੀ ਕਿ ਮੇਰਾ ਵੀਜ਼ਾ ਲੱਗ ਜੇ ਤੇ ਫਿਰ ਦੁਬਾਰੇ ਆ ਕੇ ਲਿਖ ਕੇ ਗਿਆ ਕਿ ਮੇਰਾ ਵੀਜ਼ਾ ਲੱਗ ਗਿਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਇਹਦਾਂ ਦੀਆਂ ਗੱਲਾਂ ਇਹ ਸਾਰੀਆਂ ਤੁਸੀਂ ਲਿਖ ਸਕਦੇ ਹੋ ਕਈ ਸਿਗੇ ਰਿਸ਼ਤਿਆਂ ਵਾਲੇ ਜਿਨ੍ਹਾਂ ਦਾ ਕਿਸੇ ਦਾ ਰਿਸ਼ਤਾ ਨਹੀਂ ਹੁੰਦਾ ਹੋਣਾ ਉਹ ਆਪਦੇ ਰਿਸ਼ਤੇ ਲਈ ਮੰਗ ਕੇ ਗਏ ਸੀ ਇਹ ਚੀਜ਼ਾਂ ਤੁਸੀਂ ਕੀ ਮੰਗਣਾ ਚਾਹੁੰਦੇ ਹੋ ਉਹ ਵੀ ਦੱਸ ਦਿਓ ਕਮੈਂਟ ਦੇ ਵਿੱਚ ਹਨਾ ਤੁਸੀਂ ਕੀ ਲਿਖਣਾ ਸੀ ਜੇ ਲਿਖਾਉਣਾ ਸੀ ਅਗਲੀ ਵਾਰ ਆਪਾਂ ਗਏ ਤਾਂ ਤੁਹਾਡੇ ਨਾਂ ਦਾ ਲਿਖ ਕੇ ਜ਼ਰੂਰ ਆਵਾਂਗੇ ਤੇ ਇਹ ਸਾਰਾ ਕੁਝ ਇਦਾਂ ਕੰਦਾ ਭੰਗਾ ਬੰਗਾਣੇ ਅਲੱਗ-ਅਲੱਗ ਚੀਜ਼ਾਂ ਲਿਖੀਆਂ ਗਈਆਂ ਨੇ ਆ ਕਿਸੇ ਦੱਸੇ ਕਿ ਬਾਬਾ ਜੀ ਮੇਰੇ ਵਾਲ ਝੜਨੇ ਬੰਦ ਕਰ ਦੋ ਕਿਸੇ ਨੂੰ ਕੇਸਾਂ ਦੀ ਪ੍ਰੋਬਲਮ ਹੋਣੀ ਆ ਨਾ ਵਾਲ ਜ਼ਿਆਦਾ ਝੜ ਰਹੇ ਹੋਣੇ ਆ ਕੁੜੀ ਮੁੰਡਾ ਹੁਣ ਉਹਦੇ ਬਾਰੇ ਤਾਂ ਚਲੋ ਆਪਾਂ ਨੂੰ ਨਹੀਂ ਪਤਾ ਤੇ ਇੱਥੇ ਲਿਖ ਕੇ ਗਈ ਸੀ ਇਸ ਤੋਂ ਬਾਅਦ ਗੁਰਦੁਆਰਾ ਸੰਗਤ ਸਾਹਿਬ ਦੇ ਆਪਾਂ ਦਰਸ਼ਨ ਕੀਤੇ ਜੀ ਸੰਗਤ ਸਾਹਿਬ ਉਹ ਸਥਾਨ ਹੈ ਜਦੋਂ ਮਾਲਵੇ ਤੋਂ ਆਈਆਂ ਜਿਹੜੀਆਂ ਫੌਜਾਂ ਸੀ ਨਾ ਉਹਨਾਂ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਜੋਦੜੀ ਕੀਤੀ ਸੀ ਕਿ ਪਿੱਛੇ ਪਰਿਵਾਰ ਨੇ ਉਹਨਾਂ ਨੂੰ ਵੀ ਗੁਜ਼ਾਰ ਲਈ ਸਾਨੂੰ ਤਨਖਾਹਾਂ ਦਿੱਤੀਆਂ ਜਾਂਣ ਤਾਂ ਗੁਰੂ ਜਿੱਤੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਆਪਾ ਦਰਸ਼ਨ ਮੇਲਾ ਕੀਤਾ ਉੱਥੋਂ ਖਜ਼ਾਨਾ ਕਢਵਾਇਆ ਸੀ ਤੇ ਜਿਹੜੀ ਉਹ ਸਾਹਮਣੇ ਢਾਲ ਪਈ ਹੈ ਨਾ ਉਸ ਢਾਲ ਦੇ ਨਾਲ ਢਾਲਾਂ ਭਰ-ਭਰ ਕੇ ਜਿਹੜੇ ਮਾਲਵੇ ਤੋਂ ਆਏ ਸੀਗੇ ਨਾ ਸਿੰਘ ਨਾਲ ਉਹਨਾਂ ਨੂੰ ਫਿਰ ਇੱਥੇ ਤਨਖਾਹਾਂ ਵੰਡੀਆਂ ਸੀਗੀਆਂ ਜੀ ਇਸ ਸਤਾਨ ਦੇ ਉੱਪਰ ਜਿਹੜੇ ਪੈਦਲ ਆਏ ਸੀ ਉਹਨਾਂ ਨੂੰ ਇੱਕ ਜਿਹੜੇ ਘੋੜਿਆਂ ਤੇ ਆਏ ਸੀ ਦੋ ਅਲੱਗ-ਅਲੱਗ ਹਨਾ ਇਦਾਂ ਜਿਵੇਂ ਆਪਾਂ ਰੈਂਕ ਦੇ ਉਹਨਾਂ ਦਾ ਅਨੁਸਾਰ ਕਹਦੇ ਤਾਂ ਉਦਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਤਨਖਾਹਾਂ ਵੰਡੀਆਂ ਸੀ ਇਸ ਸਥਾਨ ਦੇ ਉੱਪਰ ਤੇ ਅੱਜ ਗੁਰਦੁਆਰਾ ਸੰਗਤ ਸਾਹਿਬ ਸਜਸ਼ੋਭਿਤ ਆਜੀ ਉਸ ਸਥਾਨ ਤੇ ਤੇ ਉਹ ਢਾਲ ਦੇ ਵੀ ਤੁਸੀਂ ਪ੍ਰਾਤਨ ਢਾਲ ਦੇ ਜਿਹੜੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਦਿੱਤੀਆਂ ਸੀ ਤਨਖਾਹਾਂ ਉਸ ਦੇ ਤੁਸੀਂ ਦਰਸ਼ਨ ਦਿਦਾਰਾ ਕਰ ਸਕਦੇ ਹੋ ਜਦੋਂ ਵੀ ਹਜੂਰ ਸਾਹਿਬ ਜਾਵੋ ਇਹਨਾਂ ਸਾਰੇ ਸਥਾਨਾਂ ਦਾ ਦਰਸ਼ਨ ਮੇਲਾ ਜ਼ਰੂਰ ਕਰਕੇ ਆਓ ਇਸ ਵਾਰ ਜਿਹੜੀ ਆਪਾਂ ਵੀਡੀਓ ਨਹੀਂ ਬਣਾਈ ਗੁਰਦੁਆਰਾ ਬੰਦਾ ਘਾਟ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਦਾ ਬਿੱਤ ਆਪਸਥਾਨ ਹੈ ਜੀ ਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਹੈ ਕਿਉਂਕਿ ਜਦੋਂ ਆਪਾਂ ਪਹਿਲਾਂ ਆਏ ਸੀ ਉਹਦੀਆਂ ਵੀਡੀਓਜ਼ ਆਲਰੇਡੀ ਚੈਨਲ ਤੇ ਪੰਗਾ ਨੇ ਤੇ ਇਹ ਤੋਂ ਬਾਅਦ ਫਿਰ ਆਪਾਂ ਜੀ ਦਰਸ਼ਨ ਮੇਲਾ ਕਰਨ ਤੋਂ ਬਾਅਦ ਪਹੁੰਚ ਗਏ ਸੀਗੇ ਹਜੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਇਧਰ ਸਾਈਡ ਤੇ ਤੁਸੀਂ ਦਰਸ਼ਨ ਕਰੋ ਇਹ ਸਰਾਮਾਣੇ ਜੀ ਗੁਰਦੁਆਰਾ ਲੰਗਰ ਸਾਹਿਬ ਦੀਆਂ ਦਰਸ਼ਨ ਮੇਲਾ ਰਾਤ ਨੂੰ ਆਪਾਂ ਉੱਥੇ ਰੁਕੇ ਤੇ ਅਗਲੇ ਦਿਨ ਫਿਰ ਪਾਤੇ ਸੀ ਆਪਾਂ ਚਾਲੇ ਕਰਨਾਟਕ ਨੂੰ ਬਿਦਰ ਗਏ ਸੀ ਬਿਦਰ ਦੇ ਵਿੱਚ ਸਥਾਨ ਕਿਹੜਾ ਉਹ ਵੀ ਦੱਸਾਂਗੇ ਤੇ ਇੱਥੇ ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧਿਤ ਯਾਦਗਰੀ ਇੱਕ ਸਥਾਨ ਬਣਾਇਆ ਹੋਇਆ ਇਤਿਹਾਸਿਕ ਨਹੀਂ ਹੈ ਕਿਉਂਕਿ ਫਿਰ ਜਿਹੜੀ ਹਜ਼ੂਰ ਸਾਹਿਬ ਤੋਂ ਸੰਗਤਾਂ ਨਾ ਵਿਦਰ ਲਈ ਉਹ ਬਹੁਤ ਸਾਧਰੇ ਚੱਲਦੀ ਹੈ 4 ਵਜੇ ਚੱਲਣਾ ਪੈਂਦਾ ਸਾਨੂੰ ਇਹ ਸ਼ਾਮ ਨੂੰ ਵਾਪਸੀ ਕਰਨੀ ਆ ਤੇ ਫਿਰ ਪ੍ਰਸ਼ਾਦਾ ਪਾਣੀ ਸੰਗਤਾਂ ਇੱਥੇ ਆ ਕੇ ਛੱਕੇ ਜਾਂਦੇ ਗਾਣੇ ਤੇ ਇਹ ਉਹ ਸਥਾਨ ਆਗਾ ਇੱਥੇ ਹੁਣ ਆਪਣਾ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਸੀ ਇੱਥੇ ਪ੍ਰਸ਼ਾਦਾ ਪਾਣੀ ਸੰਗਤ ਨੇ ਸਕਣਾ ਸੀ ਤੇ ਇੱਥੇ ਹੁਣ ਛੱਕੇ ਫਿਰ ਅੱਗੇ ਆਪਾਂ ਹਰਵਾਨਗੀ ਪਾਵਾਂਗੇ ਸੰਗਤ ਦੇ ਨਾਲ ਬਸਾਂ ਇੱਥੇ ਹੁਣ ਚਾਰੇ ਇੱਕ ਵਾਰੀ ਫੇਰ ਇਕੱਠੀਆਂ ਹੋ ਗਈਆਂ ਫੇਰ ਇਕੱਠੇ ਚੱਲਾਂਗੇ ਕਿਉਂਕਿ ਸਾ ਅੱਗੇ ਪਿੱਛੇ ਨਹੀਂ ਵਾਲਾ ਹੁੰਦੇ ਤੇ ਇੱਕ ਇਥੇ ਜਹਾਜ਼ ਬਣਿਆ ਹੋਇਆ ਸਰਹੰਦ 에ਅਰਲਾਈਨ ਜਿਹਦੇ ਬਾਬਤ ਹੋਣੇ ਆਪਾਂ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਤੇ ਇਹ ਆ ਜੀ ਖਾਲਸਾ ਰਾਜ ਦਾ ਜਹਾਜ਼ ਸਰਹੰਦ 에ਅਰਲਾਈਨ ਇਥੇ ਇਹ ਬਣਾ ਕੇ ਰੱਖਿਆ ਹੋਇਆ ਬਹੁਤ ਹੀ ਸੁੰਦਰੇ ਦੀ ਬਨਾਵਟਾ ਤੇ ਉਦਾਂ ਦਾ ਇਹ ਯਾਤਰੀ ਵਿਮਾਨ ਦਿਖਾਇਆ ਹੋਇਆ ਪਰ ਇਹਦੇ ਮਝਾਲਾ ਵੀ ਲੱਗੇ ਹੋਏ ਆ ਦੋਨੇ ਕੰਮ ਕਰਦਾ ਇਹ ਤੇ ਪਾਇਲਟ ਸਿੰਘ ਖੜੇ ਹੈਗੇ ਤੁਸੀਂ ਇਹਨਾਂ ਨੂੰ ਵੀ ਦੇਖ ਰਹੇ ਹੋ ਹੱਥ ਜੋੜ ਕੇ ਬੇਨਤੀ ਕਰ ਰਹੇ ਕਿ ਅੰਦਰੋਂ ਜਾ ਕੇ ਜ਼ਰੂਰ ਦੇਖ ਕੇ ਆਓ ਜਹਾਜ਼ ਨੂੰ ਤੇ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਜੀ ਅਸਲੀ ਦਾ ਹੀ ਲੱਗਦਾ ਦੇਖਣ ਜੇ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਜੀ ਮਾਤਾ ਭਾਗੌਰ ਜੀ ਦਾ ਇਹ ਤਪ ਸਥਾਨ ਜਦੋਂ ਮਾਲਵੇ ਤੋਂ ਫਿਰ ਗੁਰੂ ਸਾਹਿਬ ਜੀ ਚੱਲਦੇ ਨੇ ਤਾਂ ਗੁਰੂ ਸਾਹਿਬ ਜੀ ਦੇ ਨਾਲ ਹੀ ਉਹ ਇਧਰ ਨੂੰ ਆ ਗਏ ਸੀ ਤੇ ਇੱਥੇ ਆ ਕੇ ਖਾਲਸਾ ਦਾ ਜਿਹੜਾ ਸਿੱਖੀ ਦਾ ਜਿਹੜਾ ਪ੍ਰਚਾਰ ਹੈਗਾ ਉਹ ਉਹਨਾਂ ਨੇ ਕੀਤਾ ਮਾਤਾ ਭਾਗੌਰ ਜੀ ਦਾ ਜਨਵਾੜਾ ਇਹ ਬਿਦਰ ਦੇ ਵਿੱਚ ਆ ਜਾਂਦਾਗਾ ਕਰਨਾਟਕ ਦੇ ਵਿੱਚ ਤੇ ਸਥਾਨ ਬਣਿਆ ਹੋਇਆਗਾ ਪ੍ਰਾਤਨ ਖੋਹੀ ਵੀ ਇੱਥੇ ਉਹਨਾਂ ਦੇ ਸਮੇਂ ਦੀ ਹੀ ਖੋਹੀ ਹੈ ਤੇ ਉਹਨਾਂ ਦਾ ਤਪਸਥਾਨ ਵੀ ਬਿਲਕੁਲ ਸਾਹਮਣੇ ਤੁਸੀਂ ਦਰਸ਼ਨ ਮੇਲਾ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਜਿਆਦਾ ਸੁੰਦਰ ਗੁਰਦੁਆਰਾ ਸਾਹਿਬ ਸਸ਼ੋਭਿਤਾ ਇੱਥੋਂ ਚੱਲ ਕੇ ਫਿਰ ਆਪਾਂ ਪਹੁੰਚ ਗਏ ਸੀ ਜੀ ਬੇਦਰ ਬੇਦਰ ਗੁਰਦੁਆਰਾ ਗੁਰੂ ਨਾਨਕ ਨਾਨਕ ਚੀਰਾ ਸਾਹਿਬ ਸਸ਼ੋਭਿਤਾ ਜੀ ਇਹ ਉਹ ਸਥਾਨ ਜਦੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਪਣੀ ਉਦਾਸੀ ਦੇ ਸਮੇਂ ਇੱਥੇ ਪਹੁੰਚੇ ਇੱਥੇ ਪਾਣੀ ਦੀ ਬਹੁਤ ਜਿਆਦਾ ਪ੍ਰੋਬਲਮ ਸੀ ਸੋ ਗੁਰੂ ਨਾਨਕ ਦੇਵ ਜੀ ਨੇ ਸੋ ਇੱਕ ਜਲਦੇ ਸੋਮੇ ਦੇ ਦਾਤ ਬਖਸ਼ੀ ਸੀ ਇਸ ਨਗਰ ਦੇ ਇਲਾਕੇ ਇਸ ਨਗਰ ਦੀਆਂ ਸੰਗਤਾਂ ਨੂੰ ਤੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਆਪਣੇ ਖੜਾਮ ਦੇ ਨਾਲ ਜਿਹੜਾ ਪਾਣੀ ਸੀਗਾ ਸੋਰਸ ਹੈ ਇੱਕ ਹਨਾ ਉਹ ਪ੍ਰਗਟ ਕੀਤਾ ਤੇ ਸੰਗਤਾਂ ਨੂੰ ਬਖਸ਼ਿਆ ਅੱਜ ਵੀ ਉਤੋਂ ਪਾਣੀ ਨਿਕਲਦਾ ਹੈਗਾ ਕੋਈ ਹੋਰ ਪਾਣੀ ਦਾ ਸੋਰਸ ਨਹੀਂ ਹੈ ਐਸੇ ਉਸੇ ਝਰਨੇ ਦੇ ਵਿੱਚੋਂ ਉਸੇ ਸੋਮੇ ਦੇ ਵਿੱਚੋਂ ਹਨਾ ਅੰਮ੍ਰਿਤਕੁੰਡ ਦੇ ਵਿੱਚੋਂ ਪਾਣੀ ਨਿਕਲਦਾ ਹੈਗਾ ਤੇ ਇੱਥੇ ਸਾਰਾ ਜਿਹੜਾ ਪਾਣੀ ਵਰਤਿਆ ਜਾਂਦਾ ਭਾਵੇਂ ਉਹ ਸਰੋਵਰ ਲਈ ਹੋਵੇ ਭਾਵੇਂ ਵਰਤੋ ਲਈ ਹੋਵੇ ਉਸੇ ਕੁੰਡ ਦੇ ਵਿੱਚੋਂ ਵਰਤਿਆ ਜਾਂਦਾਗਾ ਤੇ ਇਸ ਰੋਬਰ ਦੇ ਵਿੱਚ ਵੀ ਜਿਹੜਾ ਪਾਣੀ ਆ ਰਿਹਾ ਇਹ ਉਸੇ ਅਮ੍ਰਿਤਕੁੰਡ ਦੇ ਵਿੱਚੋਂ ਆ ਰਿਹਾ ਕਿ ਬਾਹਰੋਂ ਲਿਆ ਕੇ ਪਾਣੀ ਜਾਫਰ ਮੋਟਰ ਦੇ ਨਾਲ ਕੋਈ ਪਾਣੀ ਇੱਥੇ ਨਹੀਂ ਪਾਇਆ ਜਾਂਦਾ ਪਾਣੀ ਬਹੁਤ ਲੈਵਲ ਘਟਾ ਕਿਉਂਕਿ ਫਿਰ ਉੱਥੋਂ ਪਾਣੀ ਨਿਕਲਦਾ ਹੀ ਉਹਨਾਂ ਕਾ ਸੋ ਉਹਦੇ ਨਾਲ ਹੀ ਸੰਗਤਾ ਇੱਥੇ ਜਿੰਨਾ ਵੀ ਪਾਣੀ ਹੁੰਦਾ ਇਸ਼ਨਾਨ ਕਰਕੇ ਜਾਂਦੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਨਗਰ ਦੇ ਵਿੱਚ ਵੀ ਉਸੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਹ ਤੋਂ ਬਾਅਦ ਦਰਸ਼ਨ ਮਹਿਲਾ ਕੀਤਾ ਸੀਗਾ ਜੀ ਆਪਾਂ ਭਾਈ ਸਾਹਿਬ ਸਿੰਘ ਜੀ ਦਾ ਸਥਾਨ ਬਣਾਇਆ ਹੈ ਕਿਉਂਕਿ ਭਾਈ ਸਾਹਿਬ ਸਿੰਘ ਦਾ ਜਿਹੜਾ ਜਨਮ ਦਾ ਜਿਲ੍ਹਾ ਮਿਲਦਾ ਉਹ ਬੇਦਰ ਮਿਲਦਾ ਰਿਸਰਚ ਕੀਤੀ ਗਈ ਸੀ ਪਰ ਐਗਜੈਕਟੋ ਸਥਾਨ ਨਹੀਂ ਸੀ ਮਿਲ ਪਾਇਆ ਕਿ ਕਿੱਥੋਂ ਦਾ ਉਹਨਾਂ ਦਾ ਜਨਮ ਸੀ ਕਿਹੜਾ ਸਥਾਨ ਸੀ ਸੋ ਇਹ ਫਿਰ ਇੱਕ ਯਾਦਗਰੀ ਸਥਾਨ ਬੇਦਰ ਦੇ ਵਿੱਚ ਬਣਾ ਦਿੱਤਾ ਗਿਆ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਹੋਏ ਨੇ ਇਹਨਾਂ ਦਾ ਵੀ ਜਨਮ ਜਿਹੜਾ ਉਹ ਬੇਦਰ ਦਾ ਸੀ ਤੇ ਇਸੇ ਕਰਕੇ ਫਿਰ ਇਹ ਸਥਾਨ ਇੱਥੇ ਬਣਾਇਆ ਹੋਇਆਗਾ ਤਾਂ ਕਿ ਸੰਗਤਾਂ ਦਰਸ਼ਨ ਦیدارਾ ਕਰਨ ਆਉਣ ਤੇ ਇਤਿਹਾਸ ਨੂੰ ਜਿਹੜੀ ਆਉਣ ਵਾਲੀ ਅਗਲੀ ਪੀੜ੍ਹੀ ਤੱਕ ਉਹ ਪਹੁੰਚਾਇਆ ਜਾ ਸਕੇ ਇਹ ਇਸ ਸਥਾਨ ਦਾ ਇਤਿਹਾਸਿਕ ਇਤੋਂ ਬਾਅਦ ਫਿਰ ਨਵਾਂ ਸਾਲ ਸੀਗਾ ਜੀ ਨਵੇਂ ਸਾਲ ਦੇ ਉੱਪਰ ਆਪਾਂ ਹਜੂਰ ਸਾਹਿਬ ਦਰਸ਼ਨ ਮੇਲਾ ਕੀਤਾ ਤੇ ਨਾਲ ਹੀ ਤਖਤ ਸਾਹਿਬ ਦਾ ਤੁਸੀਂ ਦਰਸ਼ਨ ਮੇਲਾ ਕਰ ਰਹੇ ਹੋ ਇਹ ਸਤਖੰਡ ਸਾਹਿਬ ਦਾ ਤੁਸੀਂ ਦਰਸ਼ਨ ਮੇਲਾ ਕਰ ਰਹੇ ਹੋ ਉਸ ਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ ਤੇ ਸਤਖੰਡ ਸਾਹਿਬ ਦਾ ਦਰਸ਼ਨ ਮੇਲਾ ਕਰ ਰਹੇ ਹੋ ਇਹ ਸੰਗਤਾਂ ਆ ਰਹੀਆਂ ਨੇ ਇਸ ਸਵੇਰ ਦਾ ਜਿਹੜਾ ਸਮਾਗਾ ਉਹ ਗਾਗਰ ਦੀ ਸੇਵਾ ਦਾ ਸਮਾਂਗਾ ਤੇ 2 ਵਜੇ ਨੇ ਫਿਲਹਾਲ ਤੇ ਹੁਣ ਇਸ ਤੋਂ ਬਾਅਦ ਗਾਗਰ ਸੇਵਾ ਦਾ ਤੁਸੀਂ ਸੰਪੂਰਨ ਦਰਸ਼ਨ ਮੇਲਾ ਵੀਡੀਓ ਦੇ ਵਿੱਚ ਕਰ ਸਕਦੇ ਹੋਗੇ ਤੇ ਇਹ ਵੀ ਆਪਾਂ ਤੁਹਾਨੂੰ ਸਵੇਰੇ ਜੋ ਗਾਗਰ ਦੀ ਸੇਵਾ ਹੁੰਦੀ ਹੈ ਹਜੂਰ ਸਾਹਿਬ ਕੋ ਦਾਬਰੀ ਨਦੀ ਦੇ ਵਿੱਚੋਂ ਜਿਹੜੀ ਗਾਗਰ ਆਉਹ ਭਰ ਕੇ ਲਿਆਈ ਜਾਂਦੀ ਆ ਉਹਦਾ ਸਾਰਾ ਦਰਸ਼ਨ ਮੇਲਾ ਆਪਾਂ ਤੁਹਾਨੂੰ ਕਰਵਾ ਰਹੇ ਹਾਂਗੇ ਤੇ ਇਹ ਸੰਗਤਾਂ ਨਾਮ ਨਾਲ ਚੱਲਦੀਆਂ ਨੇ ਜਦੋਂ ਵੀ ਗੋਦਾਵਰੀ ਨਦੀ ਦੇ ਵਿੱਚ ਹਰ ਰੋਜ਼ ਇਹ ਸੇਵਾ ਕੀਤੀ ਜਾਂਦੀ ਹੈਗੀ ਪੂਰੀ ਇੱਕ ਵੀਡੀਓ ਪ੍ਰੋਪਰ ਡਿਟੇਲਡ ਵੀਡੀਓ ਜਿਹੜੀ ਉਹ ਆਪਣੇ ਚੈਨਲ ਦੇ ਉੱਪਰ ਅਵੇਲੇਬਲ ਹੈਗੀ ਤੁਸੀਂ ਜਾ ਕੇ ਗਾਗਰ ਸੇਵਾ ਸਰਚ ਕਰ ਸਕਦੇ ਹੋ ਉਹਦੇ ਨਾਲ ਤੁਹਾਨੂੰ ਵੀਡੀਓ ਮਿਲ ਜੂਗੀ ਉਹ ਤੁਸੀਂ ਸੰਪੂਰਨ ਵੀਡੀਓ ਦੇਖੋ 28 ਮਿੰਟ ਦੀ ਉਹ ਵੀਡੀਓ ਹੋਣੀ ਆ ਤੇ ਕਿਉਂਕਿ ਫਿਰ ਤੱਕ ਸਤਖੰਡ ਸਾਹਿਬ ਤੋਂ ਦੋ ਗਾਗਰਾਂ ਭਰੇ ਜਾਂਦੇ ਨੇ ਇੱਕ ਤਾਂ ਗੋਦਾਵਰੀ ਨਦੀ ਤੋਂ ਤੇ ਦੂਜੀ ਜਿਹੜੀ ਰਣਜੀਤ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਟਵਾਇਆ ਹੋਇਆ ਉੱਤੇ ਇੱਕ ਬੌਲੀ ਆ ਜਦੋਂ ਉਹਨਾਂ ਨੇ ਸੇਵਾ ਕਰਵਾਈ ਸੀ ਸਤਖੰਡ ਸਾਹਿਬ ਦੀ ਉਸ ਬੋਲੀ ਦੇ ਵਿੱਚੋਂ ਵੀ ਗਾਗਰ ਭਰੀ ਜਾਂਦੀ ਤੇ ਨਾਲ ਹੀ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਜੀ ਬਾਬਾ ਅਨਮੋਲ ਸਿੰਘ ਜੀ ਦੇ ਇਹ ਉਹ ਘੋੜਾਗਾ ਜ ਜਹੂਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਉਸ ਸਮੇਂ ਤੋਂ ਹੀ ਚੱਲੀ ਆ ਰਹੀ ਰੀਤ ਹੈ ਉਹਨਾਂ ਦੀ ਸਵਾਰੀ ਵਾਸਤੇ ਇੱਕ ਘੋੜਾ ਰੱਖਿਆ ਜਾਂਦਾਗਾ ਬਾਬਾ ਅਨਮੋਲ ਸਿੰਘ ਜੀ ਹੁਣ ਹੋ ਹੋ ਪ੍ਰੈਜੈਂਟਡ ਘੋੜੇ ਨੇ ਜਿਹੜੇ ਗੁਰੂ ਸਾਹਿਬ ਜੀ ਦੀ ਸਵਾਰੀ ਵਾਸਤੇ ਰੱਖੇ ਜਾਂਦੇ ਅਗਲੀ ਰਾਤ ਸੀਗੀ ਨਵੇਂ ਸਾਲ ਦੀ ਨਵੇਂ ਸਾਲ ਦੇ ਉੱਪਰ ਮੁੰਬਈ ਦੀਆਂ ਸੰਗਤਾਂ ਵੱਲੋਂ ਇੱਥੇ ਜਿਹੜਾ ਸਮਾਗਮ ਆ ਉਹ ਕਰਵਾਇਆ ਗਿਆ ਸੀ ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਪਹੁੰਚੇ ਹੋਏ ਸਨ ਤੇ ਕੁਝ ਕੁ ਗੁਰਮੁਖਤ ਵਿਦਿਆਲੇ ਦੇ ਜਿਹੜੇ ਵਿਦਿਆਰਥੀ ਸਨ ਜਿਨ੍ਹਾਂ ਨੇ ਰਸਮੀ ਕੀਰਤਨਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਇੱਥੇ ਫਿਰ ਸੰਗਤਾਂ ਨੇ ਹੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਅਸੀਰਵਾਦ ਲੈਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਅਸੀਰਵਾਦ ਲੈਂਦੇ ਹੋਏ ਆਪਣੇ ਨਵੇਂ ਸਾਲ ਦੀ ਕੀਤੀ ਸ਼ੁਰੂਆਤ ਤੇ ਅਗਲੇ ਦਿਨ ਫਿਰ ਆਪਾਂ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਦੇ ਦਰਸ਼ਨ ਮੇਲਾ ਕੀਤਾ ਜੀ ਉਹ ਸਥਾਨ ਸੀ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਚਿਖਾ ਤਿਆਰ ਕਰਵਾਈ ਤਾਂ ਉਸ ਚਿਖਾ ਲਈ ਜਿਹੜੀ ਲੱਕੜ ਆ ਗਈ ਚੰਦਨ ਦੀ ਲੱਕੜ ਉਹ ਇਸ ਸਥਾਨ ਤੋਂ ਉਪਰੋ ਲੈ ਜਾਏਗੀ ਸੀ ਅੱਜ ਉੱਥੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਸਜਸ਼ੋਭਿਤਾ ਅਤ ਸ਼ਾਮ ਨੂੰ 7:30 ਵਜੇ ਇੱਥੇ ਲੇਜ਼ਰ ਸ਼ੋਅ ਵੀ ਹੁੰਦਾਗਾ ਲੇਜ਼ਰ ਸ਼ੋਅ ਦੇ ਉੱਪਰ ਪਹਿਲੀ ਪਾਤਸ਼ਾਹੀ ਤੋਂ ਦਸਮ ਪਾਤਸ਼ਾਹੀ ਤੱਕ ਦਾ ਜਿਹੜਾ ਇਤਿਹਾਸ ਹੈ ਉਹ ਦਿਖਾਇਆ ਜਾਂਦਾਗਾ ਪਾਣੀ ਤੇ ਪਾਣੀ ਲਾਈਟ ਤੇ ਨਾਲ ਫਿਰ ਜਿਹੜੀ ਉਹ ਵਾਇਸ ਹਨਾ ਬਾਜ ਦੇ ਨਾਲ ਉਹ ਸਾਰਾ ਕੁਝ ਤੁਹਾਨੂੰ ਲੇਜ਼ਰ ਸ਼ੋਅ ਇੱਕ ਪ੍ਰੋਪਰ ਦਿਖਾਇਆ ਜਾਂਦਾਗਾ 40 ਮਿੰਟ ਦਾ ਲੇਜ਼ਰ ਸ਼ੋਅ ਹੁੰਦਾ ਉਹਦੇ ਵਿੱਚ ਤੁਹਾਨੂੰ ਸਾਰਾ ਇਤਿਹਾਸ ਦਸਮ ਪਾਤਸ਼ਾਹੀਆਂ ਦਾ ਦੱਸਿਆ ਜਾਂਦਾਗਾ ਜੀ ਇਹ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਦੇ ਤੁਸੀਂ ਦਰਸ਼ਨ ਦਿਦਾਰਾ ਕਰ ਰਹੇ ਹੋ ਜੀ ਤੇ ਇਹ ਤੋਂ ਬਾਅਦ ਆਪਣੀ ਜਿਹੜੀ ਵਾਪਸੀ ਹੋ ਜਾਣੀ ਹੈਗੀ ਹੋਹੋ ਚੱਲ ਜਣ ਆਪਾਂ ਹੁਣ ਪੰਜਾਬ ਨੂੰ ਵਾਪਸ ਹਰਵਾਨੀ ਲਈ ਆਪਾਂ ਤਿਆਰਾਂਗੇ ਪਰ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਲੰਗਰ ਸਾਹਿਬ ਦਾ ਤੁਸੀਂ ਦਰਸ਼ਨ ਮੇਲਾ ਕਰੋਗੇ। ਬਾਬਾ ਨਿਹੰਗ ਸਿੰਘ ਜੀ ਦਾ ਚਲਾਇਆ ਹੋਇਆ ਇਹ ਲੰਗਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਕੀਤੇ ਸਨ ਉਹਨਾਂ ਨੇ ਧਾਈ ਤੋਂ ਬਾਅਦ ਫਿਰੇਸ ਤੇ ਲੰਗਰ ਦੀ ਜਿਹੜੀ ਸੇਵਾ ਆਰੰਭ ਕੀਤੀ ਅੱਜ ਸੰਗਤਾਂ ਆਉਂਦੀਆਂ ਲੰਗਰ ਛਕਦੀਆਂ ਤੇ ਸਾਰੀਆਂ ਸਰਾਵਾਂ ਨੇ ਜੀ ਬਾਬਾ ਨਿਹੰਗ ਸਿੰਘ ਜੀ ਨਿਵਾਸ ਵੀ ਬਣਿਆ ਹੋਇਆ ਆਪਾਂ ਬਾਬਾ ਨਿਹੰਗ ਸਿੰਘ ਜੀ ਨਿਵਾਸ ਦੇ ਵਿੱਚ ਹੀ ਰੁਕੇ ਸੀਗੇ ਤੇ ਹੁਣ ਇੱਥੋਂ ਆਪਾਂ ਚਾਲੇ ਪਾਦਨੇ ਆ ਵਤਨ ਪੰਜਾਬ ਵੱਲ ਆਪਾਂ ਬਾਪਸ ਇੱਕ ਵਾਰ ਫੇਰ ਚੱਲ ਪੈਣਾ ਗੁਰੂ ਮਹਾਰਾਜ ਜੀ ਸਾਰੇ ਸਥਾਨਾਂ ਦੇ ਆਪਾਂ ਦਰਸ਼ਨ ਦਿਦਾਰਾ ਤੁਸੀਂ ਵੀ ਕਰ ਲਿਆ ਆਪਾਂ ਵੀ ਕਰ ਲਿਆ ਤੇ ਤੇ ਤੋਂ ਬਾਅਦ ਹੁਣ ਆਪਾਂ ਬੱਸਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਹੋ ਕੇ ਸਵਾਰ ਉਹਨਾਂ ਸੜਕਾਂ ਦੇ ਉੱਪਰ ਹੀ ਵਾਪਸ ਹੁੰਦੇ ਹੋਏ ਚਲਾਂਗਾ ਜਿੰਨਾ ਤੇ ਪਹਿਲਾਂ ਏਸੀ ਤੇ ਦੁਪਹਿਰ ਦਾ ਸਮਾਂ ਚਾਹ ਇੱਕ ਵਾਰ ਫੇਰ ਆਪਾਂ ਧਰ ਲਈ ਤੇ ਉਹੀ ਇਹਨੂੰ ਦੁੱਧੋ ਪੱਤੀ ਕਹਿੰਦੇ ਹੁੰਦੇ ਸੀ ਅਸੀਂ ਜਦੋਂ ਵੀ ਇਹ ਬਣਾਉਂਦੇ ਸੀਗੇ ਦੇ ਰੇ ਦੁੱਧ ਬੱਤੀਆ ਪਹਿਲਾਂ ਦੁੱਧ ਪਾਉਂਦੇ ਸੀ ਇਹਦੇ 'ਚ ਉਹਨੂੰ ਕਾੜਦੇ ਸੀ ਦੁੱਧ ਨੂੰ ਫੇਰ ਉਹਦੇ ਵਿੱਚ ਸਪੈਸ਼ਲ ਕਹਿੰਦੇ ਸੀ ਲੋਂਗੋ ਵਾਲੀਆਂ ਦੀ ਚਾਹ ਪੱਤੀ ਪਾਈ ਹੋਈ ਹੈਗੀ ਤੇ ਤੋਂ ਬਾਅਦ ਚਾਹ ਪੱਤੀ ਪਾ ਕੇ ਸੜਕ ਦੇ ਕੰਡੇ ਦੀ ਬਣਾ ਲੈਂਦੇ ਹੁੰਦੇ ਸੀ ਕਿਉਂਕਿ ਭੱਠੀ ਘੱਟ ਨਹੀਂ ਹੁੰਦੀ ਸੀ ਇੱਕ ਵਸ ਦੇਗਾ ਤੇ ਸਿਲੰਡਰ ਲਾ ਕੇ ਚਾਹ ਬਣਾ ਕੇ ਨਾਲ ਮਠਿਆ ਦਾ ਡੱਬਾ ਪਿਆ ਹੁੰਦਾ ਸੀ ਜਾਂ ਕੋਈ ਖੋਰ ਚੀਜ਼ ਖਾਣ ਨੂੰ ਜਿਵੇਂ ਜਲੇਬੀਆਂ ਇਹਦਾ ਕੋਈ ਸਾਰਾ ਕੁਝ ਹੁੰਦਾ ਸੀ ਤੇ ਇਹ ਰਾਤ ਦੇ ਸਮੇਂ ਬਸ ਦਾ ਜਿਹੜਾ ਅੰਦਰ ਦਾ ਮਾਹੌਲ ਉਹ ਦੱਸ ਰਹੇ ਦਿਖਾ ਰਹੇ ਆ ਤੇ ਦਵਾਨ ਲੱਗੇ ਹੋਇਆ ਦਵਾਨ ਸਰਵੰਤ ਕਰਦਿਆਂ ਕਰਦੇ ਸੰਗਤਾਂ ਆਪਣੀ ਜਿਹੜੀ ਰਾਤ ਦੀ ਮੰਜ਼ਲਾ ਉਥੇ ਤੱਕ ਪਹੁੰਚ ਜਾਂਦੇ ਸੀ ਪ੍ਰਸ਼ਾਦ ਦਾ ਸਮਾਂ ਇਸ ਵਕਤ ਕਿਉਂਕਿ ਫਿਰ ਇਹ ਇੱਕ ਦਿਨ ਤੇ ਇੱਕ ਰਾਤ ਪੂਰੀ ਗੱਡੀ ਚੱਲੀ 16 ਘੰਟੇ ਗੱਡੀ ਚੱਲੀ ਸੀ ਪ੍ਰਸ਼ਾਦਾ ਪਾਣੀ ਇੱਕ ਪੰਪ ਦੇਖਿਆ ਜਿੱਥੇ ਲਾਈਟ ਪਾਣੀ ਤੇ ਵਧੀਆ ਜਗ੍ਹਾ ਦਾ ਇੰਤਜ਼ਾਮ ਦੇਖ ਕੇ ਪ੍ਰਸ਼ਾਦਾ ਪਾਣੀ ਛਕਿਆ ਇਹ ਇਹ ਸਾਰਾ ਪ੍ਰਸ਼ਾਦਾ ਪਾਣੀ ਪਹਿਲਾਂ ਬਣਾ ਕੇ ਫਿਰ ਲੰਗਰ ਦੇ ਵਿੱਚੋਂ ਨਾਲ ਕੈਰੀ ਕਰ ਲੈਂਦੇ ਆ ਤਾਂ ਕਿ ਫਿਰ ਸੰਗਤਾਂ ਨੂੰ ਜਿੱਥੇ ਵੀ ਭੁੱਖ ਲੱਗਦੀ ਹੈਗੀ ਪ੍ਰਸ਼ਾਦਾ ਪਾਣੀ ਸ਼ਕਾ ਸਕਣ ਸੰਗਤਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਹਾਂ ਥੋੜਾ ਜਿਹਾ ਇਹ ਮੈਂ ਦੱਸਦਾ ਕਿ ਜਿਹੜਾ 11 ਦਿਨਾਂ ਵਾਲਾ ਸਫ਼ਰ ਆ ਨਾ ਇਹਦੇ ਵਿੱਚ ਜੇਕਰ ਤੁਹਾਨੂੰ ਕੋਈ ਹੈਲਥ ਰਿਲੇਟਿਡ ਕੋਈ ਵੀ ਇਸ਼ੂ ਹੈਗਾ ਜਾਂ ਫਿਰ ਤੁਸੀਂ ਲੰਬਾ ਸਫ਼ਰ ਨਹੀਂ ਕਰ ਸਕਦੇ ਤਾਂ ਕਿਰਪਾ ਕਰਕੇ ਆਪਦਾ ਪਹਿਲਾਂ ਇਹ ਸੋਚ ਵਿਚਾਰ ਕਰਕੇ ਗਿਓ ਇਹਦੇ ਵਿੱਚ ਸੰਗਤਾਂ ਨੂੰ ਥਕਾਵਟ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਲੰਬਾ ਸਫ਼ਰ ਇੱਕ ਦਿਨ ਦੇ ਵਿੱਚ 5-500 ਕਿਲੋਮੀਟਰ ਦੀ ਜਿਹੜੀ ਬਾਤ ਆਗੀ ਉਹੋ ਤੇ ਪ੍ਰਸ਼ਾਦੇ ਦੇ ਨਾਲ ਆਪਾਂ ਇਥੇ ਚਾਹ ਪਾਣੀ ਪੀਤੀ ਤੇ ਕੁਝ ਕੁ ਸੰਗਤਾਂ ਦਾ ਭਈ ਇਹ ਵੀ ਸੀ ਕਿ ਸਾਨੂੰ ਹਾਲਾਂ ਦੇ ਵਿੱਚ ਪਾਇਆ ਗਿਆ ਕਮਰਿਆਂ ਦਾ ਕਿਉਂਕਿ ਫਿਰ ਉਹ 400 500 ਬੰਦਾ ਹੁੰਦਾ ਤਾਂ ਇੰਤਜ਼ਾਮ ਵੀ ਨਹੀਂ ਹੁੰਦਾ ਉਹਦੇ ਕਰਕੇ ਕੁਝ ਕੁ ਸੰਗਤਾਂ ਦੇ ਗਿਲੇ ਸ਼ਿਕਵੇ ਵੀ ਸੀ ਚਲੋ ਉਹ ਚੱਲਦੇ ਹੀ ਰਹਿੰਦੇ ਆ ਸਫ਼ਰ ਦੇ ਨਾਲ ਤੇ ਫਿਰ ਆਪਾਂ ਇਹ ਬਿਹਰਾਨਪੁਰ ਦੇ ਵਿੱਚ ਗੁਰਦੁਆਰਾ ਬੜੀ ਸੰਗਤ ਸਾਹਿਬ ਦੇ ਦਰਸ਼ਨ ਮੇਲਾ ਕਰਨ ਤੋਂ ਬਾਅਦ ਫਿਰ ਇੱਕ ਵਾਰ इंदौर ਸ਼ਹਿਰ ਪਹੁੰਚ ਗਏ इंदौर ਸ਼ਹਿਰ ਦੇ ਵਿੱਚ ਵੀ ਇੱਕ ਰਾਤ ਤੇ ਇੱਕ ਦਿਨ ਦਾ ਆਪਣਾ ਸਟੇ ਸਹੀ ਪੂਰੇ ਦਿਨ ਦਾ ਕਿਉਂਕਿ ਫਿਰ ਜਿਹੜਾ ਡਰਾਈਵਰ ਸੀਗਾ ਕੋਲ ਵੀਰ ਸਿੰਘ ਜੀ ਉਹਨਾਂ ਨੇ ਹੁਣ 16 ਘੰਟੇ ਵਾਸਤੇ ਚਲਾਈ ਤਾਂ ਅਰੈਸਟ ਤਾਂ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਅਰੈਸਟ ਕਰਨ ਤੋਂ ਬਾਅਦ ਪੂਰਾ ਇੱਕ ਤੇ ਇੱਕ ਦਿਨ ਫਿਰ ਅੱਗੇ ਜਿਹੜੀ ਸਫ਼ਰ ਦੀ ਆਹੋ ਰਵਾਨਗੀ ਹੋਣੀ ਸੀ ਇਹ इंदौर ਸ਼ਹਿਰ ਦਾ ਤੁਸੀਂ ਥਿ ਵਿਊ ਦੇਖ ਰਹੇ ਹੋ ਸੋਨਾ ਸ਼ਹਿਰ ਹੈ ਵੀ ਚੰਡੀਗੜ੍ਹ ਵਾਂਗੂ ਬਸ ਇਹਦੇ ਤੁਹਾਨੂੰ ਬਹੁਤੀ ਹਰਿਆਲੀ ਨਹੀਂ ਮਿਲਦੀ ਸ਼ਹਿਰ ਦੇ ਵਿੱਚ ਜਿਵੇਂ ਆਪਣੇ ਚੰਡੀਗੜ੍ਹ ਬਹੁਤ ਹਰਿਆ ਭਰਿਆ ਜਿਹਾ ਸ਼ਹਿਰ ਹੈ ਨਾ ਤੇ ਉਦਾਂ ਹੀ ਇਹ ਵੀ ਆ ਸੋਨਾ ਸ਼ਹਿਰ ਆ ਇੱਕ ਨੰਬਰ ਦਾ ਸ਼ਹਿਰ ਇਹਨੂੰ ਕਿਹਾ ਜਾਂਦਾ ਹੈਗਾ ਸਫਾਈ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਆਪਾਂ ਵੀ ਦੇਖੀ ਹੈਗੀ ਤੇ ਕੱਟ ਭੀੜ ਭੜ ਜਿਉਂ ਨਹੀਂ ਜਿਆਦਾ ਭੀੜ ਭੜ ਜੇ ਵਾਲਾ ਸ਼ਹਿਰ ਨਹੀਂ ਹੈਗਾ ਖੁੱਲਾ ਜਿਹਾ ਸ਼ਹਿਰ ਹੈਗਾ ਤੇ ਇਥੋਂ ਫਿਰ ਆਪਾਂ ਚੱਲ ਪਏ ਸੀਗੇ ਸਵੇਰੇ ਤੇ ਇਹ ਤੋਂ ਬਾਅਦ ਫਿਰ ਆਪਾਂ ਗਏ ਆ ਜੀ ਦਿਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਪਹਿਲੀ ਵਾਰ ਇਹ ਸਥਾਨ ਦੇਖਿਆ ਇਹ ਉਹ 52 ਪਿੱਲਰ ਨੇ ਉਹ ਥਾਂਮਣੇ ਜਿਨ੍ਹਾਂ ਦੇ ਨਾਲ 52 ਰਾਜਾ ਨੂੰ Hindu ਰਾਜਾ ਨੂੰ ਬਗਾਵਤ ਦੇ ਚੱਕਰ ਦੇ ਵਿੱਚ ਰਾਤਸੀ ਜਿਹੜੇ ਬਗਾਵਤ ਹੁੰਦੀ ਸੀ ਨਾ ਉਹਦੇ ਚੱਕਰ ਦੇ ਵਿੱਚ ਸਾਰੇ ਕੈਦੀ ਇਸ ਕਿਲੇ ਦੇ ਵਿੱਚ ਰੱਖੇ ਜਾਂਦੇ ਸੀ ਇਹ ਥੋੜਾ ਜਿਹਾ ਬਦਨਾਮ ਕਿਲਾ ਸੀਗਾ ਤੇ ਇਹ ਟੋਟਲ 82 ਨੇ ਤੇ 52 ਰਾਜਾ ਨੂੰ ਇਥੇ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਜਾਂਦਾ ਸੀ ਗੁਰੂ ਪਾਤਸ਼ਾਹ ਜੀ ਨੂੰ ਇਥੇ ਵੀ ਕਿਸੇ ਤਰੀਕੇ ਦਾ ਬੰਦੀ ਜਾਂ ਫਿਰ ਕਦੇ ਵੀ ਇਦਾਂ ਬੰਨ ਕੇ ਜਾਂ ਕੈਦ ਕਰਕੇ ਨਹੀਂ ਰੱਖਿਆ ਗਿਆ ਉਹਨਾਂ ਦੀ ਆਪਣੀ ਮਰਜ਼ੀ ਸੀ ਉਹ ਜਿੱਥੇ ਜਾ ਸਕ ਸਕ ਜਾਣਾ ਚਾਹੁੰਦੇ ਸਨ ਮਾਫੀ ਚਾਹਨਾ ਜਾ ਸਕਦੇ ਸਨ ਉਹ ਕਿਲੇ ਦੇ ਵਿੱਚ ਰਹਿ ਕੇ ਵੀ ਆਜ਼ਾਦ ਸਨ ਉਹਨਾਂ ਨੂੰ ਜਸਟਿਸ ਇੱਕ ਨਜ਼ਰਬੰਦ ਦੇ ਤੌਰ ਤੇ ਰੱਖਿਆ ਗਿਆ ਸੀ ਕਿਲੇ ਦੇ ਵਿੱਚ ਕਿਉਂਕਿ ਲਾਹੌਰ ਦੀ ਸਲਤਨਤ ਨੇ ਜਿਹੜੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ ਫਿਰ ਚੰਦੂ ਨੇ ਵੀ ਬਹੁਤ ਇਹਦੇ ਵਿੱਚ ਰੋਲਾ ਦਾ ਕੀਤਾ ਤੇ ਉਹਨਾਂ ਨੇ ਫਿਰ ਮੀਰੀ ਤੇ ਪੀਰੀ ਦੀਆਂ ਕਿਉਂਕਿ ਤਲਾ ਗੁਰੂ ਪਾਤਸ਼ਾਹ ਜੀ ਦੀ ਪੰਜਵੇਂ ਪਾਤਸ਼ਾਹ ਜੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰ ਲੀਆਂ ਸਨ ਸਿੱਖਾਂ ਨੂੰ ਕਹਿ ਦਿੱਤਾ ਸੀ ਕਿ ਸ਼ਸਤਰ ਧਾਰੀ ਹੋਊ ਘੋੜ ਸਵਾਰੀ ਕਰੋ ਤੇ ਢੋਲ ਸ਼ੁਰੂ ਕਰਵਾ ਦਿੱਤੇ ਸਨ ਤਿਆਰ ਕਰ ਲਿਆ ਸੀ ਆਉਣ ਵਾਲੇ ਸਮੇਂ ਦੇ ਲਈ ਸੋ ਉਹਦੇ ਚੱਕਰ ਦੇ ਵਿੱਚ ਮੁਗਲਿਆ ਸਲਤਨਤ ਨੂੰ ਡਰ ਹੋ ਗਿਆ ਸੀ ਜਿਸ ਦੇ ਕਰਕੇ ਫਿਰ ਉੱਥੇ ਇੱਥੇ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਤੇ ਆਖਰ ਜਹਾਂਗੀਰ ਨੂੰ ਉਹਨਾਂ ਨੂੰ ਰਿਹਾਈ ਦੇਣੀ ਪਈ ਤੇ ਇਹ ਤੋਂ ਬਾਅਦ ਫਿਰ ਉਹ ਆਪਣੇ ਨਾਲ ਉਹਨਾਂ 52 ਰਾਜਿਆਂ ਨੂੰ ਵੀ 52 ਕਲੀਆਂ ਵਾਲਾ ਚੋਲਾ ਪਾ ਕੇ ਇੱਕ ਇੱਕ ਕਲੀ ਫੜਾ ਕੇ ਰਹਾ ਕਰਾ ਕੇ ਲੱਗੇ ਕਿ ਤੇ ਇਹ ਤੋਂ ਬਾਅਦ ਆਪਾਂ ਲੱਭਿਆ ਜੀ ਉਹ ਸਥਾਨ ਜਿਹੜੇ ਸਥਾਨ ਦੇ ਰਾਹੀ ਜਿਹੜੇ ਗੇਟ ਰਾਹੀ ਗੁਰੂ ਪਾਤਸ਼ਾਹ ਜੀ ਇਸ ਕਿਲੇ ਦੇ ਵਿੱਚੋਂ ਬਾਹਰ ਗਏ ਸਨ 52 ਰਾਜਿਆਂ ਨੂੰ ਲੈ ਕੇ ਆਪਣੇ ਨਾਲ ਤੇ ਝਾੜੀਆਂ ਨਾਲ ਭਰਿਆ ਹੋਇਆ ਚਾਰੇ ਪਾਸੇ ਜੰਗਲ ਦਾ ਇਹ ਏਰੀਆ ਸੀ ਤੇ ਇਹ ਉਹ ਗੇਟ ਆ ਅੱਜ ਜਿਹਨੂੰ ਪੂੜ ਦਿੱਤਾ ਗਿਆਗਾ ਇਸ ਗੇਟ ਦੇ ਉੱਪਰ ਜਾਣਦਾ ਕੋਈ ਤੁਹਾਨੂੰ ਇਹ ਰਾਣੀ ਦੱਸਣਗੇ ਤੁਹਾਨੂੰ ਇਸ ਗੇਟ ਦਾ ਨਾਂ ਨਹੀਂ ਦੱਸਣਗੇ ਆਲਮਗੀਰ ਗੇਟ ਇਸ ਨੂੰ ਕਿਹਾ ਜਾਂਦਾਗਾ ਤੇ ਇਹ ਆਖਰੀ ਪੜਾ ਸੀ ਆਪਣੇ ਸਟੇਜ ਦਾ ਜਿੱਥੇ ਆਪਾਂ ਦਰਸ਼ਨ ਮਿਲ ਲੈ ਕੀਤਾ ਇਹ ਹੁਣ ਇੱਟਾਂ ਨਾਲ ਸਿਮਿੰਟ ਨਾਲ ਇਹਨੂੰ ਪੂੜ ਦਿੱਤਾ ਗਿਆ ਭਰ ਦਿੱਤਾ ਗਿਆ ਜੇਕਰ ਤੁਸੀਂ ਇੱਥੇ ਲੋਕਲ ਨੂੰ ਇਹਨਾਂ ਨੂੰ ਜਿਹੜੇ ਸਿਕਿਉਰਟੀ ਵਾਲੇ ਬੈਠਿਆ ਪੁੱਛੋਗੇ ਤਾਂ ਤੁਹਾਨੂੰ ਕੋਈ ਵੀ ਇਸ ਗੇਟ ਬਾਰੇ ਦੱਸੂਗਾ ਨਹੀਂ ਇਸ ਗੇਟ ਬਾਰੇ ਦੱਸਣ ਤੋਂ ਸਾਫ਼ ਇਨਕਾਰ ਕਰ ਦੇਣਗੇ ਕਿ ਇਦਾਂ ਦਾ ਇੱਥੇ ਕੋਈ ਗੇਟ ਹੀ ਨਹੀਂ ਇਦਾਂ ਦਾ ਰਾਂਹ ਹੁੰਦਾ ਇਹਨੂੰ ਹੁਣ ਚਾਰੇ ਪਾਸੇ ਝਾੜੀਆਂ ਕੰਡਿਆ ਵਾਲੇ ਕਿਕਰਾਂ ਇਹ ਸਾਰਾ ਕੁਝ ਉੱਗਿਆ ਹੋਇਆ ਇਹ ਆਪਣਾ ਸਫ਼ਰ ਸੀ ਸਫ਼ਰ ਆਪਣਾ ਵਧੀਆ ਰਿਹਾ ਸਫ਼ਰ ਦੀ ਸਮਾਪਤੀ ਕੱਲ ਹੋ ਚੁੱਕੀ ਆਪਣੇ ਦੀ ਤੇ ਹੁਣ ਆਪਾਂ ਪੰਜਾਬਾਂ ਮਿਲਾਂਗੇ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਦਿਓ ਇਜਾਜ਼ਤ